शिखर तजा फहराए ताते भली मधुकरी संत संग गुण गाए ऊच भवन कनकामनी शिखर तजा फहराए सच्ची पातशाह दीनानंद गुरु कृपा जी साहे पत पावन ज्ञान की जोत
दस पातशाह होंगे आत्मक स्वरूप धन साहिब श्री गुरु ग्रंथ साहिब जी महाराज सतगुरु जी की मदद सरकार वाहगुरु की याद में जुड़न वास्ते इस पाल घड़िया सानू प्राप्त हुई हैं। कलयुग के समय अंदर ना चाहिया सुखे सिद्ध मन के उ पापा की मैल लगती रही है। सच्चे पातशाह जी की संगत नाल मन के बुरे फुरने ये पापा की मैल नाश होती रही है। गरीब नवाज धन सतगुरु श्री गुरु ग्रंथ साहिब महाराज सच्चे पातशाह जी की अमृत बाणी के उपदेश जो पुराने गुरसिख आते मन में प्रबोध देने वो इस संसार को सुरखरू हो जाते हैं। उन्होंने यात्रा महाराज जी सफल कर देंगे है। भगत कबीर साहब जी के श्लोकों की लड़ीवार कथा इस पावन स्थान पर चलती है। पिछले बीतण के दिन लंघे हैं। श्रीमान संत ज्ञानी गुरबचन सिंह जी खालसा पिंडा वाले महापुरखों की पोत याद में समागम होए। लड़ीवार कथा भी ने सरवण की है। कबीर साहब जी के पावन श्लोक मन के अंदर वैराग पैदा करते हैं। संसार की सच्चाई जिसनों आप आधार मान के जीने बाबत दसते हैं कबीर साहब कि यह संसार कैसा है। इस संसार के अंदर साढ़े मन की टेक इन चीज़ों के उपर लगी हुई है कि नाम तो बिना सब कुछ निष्फल। कबीर साहब जी दिखाते हैं आओ प्यार नाल श्रद्धा नाल पवित्र उपदेश तुरकी बाणी का सरवण करिए। महाराज जी के पावन चरणों का ध्यान करते हुए आखो जी सतनाम श्री गुरु साहिब जी सतनाम श्री गुरु साहिब जी। ऊंच पवन कनका मुनी मैं थक दूंगा एक घंटे तक चीतना वजह थोड़ी ऊंची कर दो। ऊंच पवन कनका मुनी कबीर साहब जी नाम इन्नी ऊंची नहीं थोड़ी ऊंची कर लो। ऊच पवन कनका मुनी सतसंगत जी जो संसार जीने तो उच्चा घर घर बहुत बड़ा घर इच्छा रही है मन कि सोहना घर हो गए बहुत बड़ा घर हो गए उच्चा महल वर्गा घर हो गए जे ये प्राप्त हो जाए तो कबीर साहब जी कहते पे कोई बहुत वड्डी तनदात नहीं प्राप्त हो गई। ये तो कुछ जिहा चीज़ा ने जीव इच्छा करता रहा है कि मेरे को घर महल वर्गा हो गए ऊंच भवन भवन का अंदर घर उच्चा घर हो गए। तो महाराज जी बाणी ने फैसला दिता बी ऊंचे मंदिर सुंदर नारी राम नाम दिन बाजी हारी। जे तेरे को उच्चे महल भी होंगे तेरे मन में शांति नहीं होगी तो की करे उच्चे महल।
ਬਹੁਤ ਸੁੰਦਰ ਜਿਹੜੇ ਘਰ ਪਹਿਲਾਂ ਸੈਟਲ ਕਰਿਆ ਕਰਦੇ ਕਥਾ ਦੇ ਵਿੱਚ ਕੁਦਰਤੀ ਮੇਰਾ ਸੁਭਾਅ ਹੀ ਇਸ ਤਰ੍ਹਾਂ ਵੀ ਫਿਰ ਹਿਲ ਜੁਲ ਹੋਵੇ ਅਤੇ ਟਿਕਦਾ ਨਹੀਂ ਮਨ ਸ਼ਬਦ ਨਾਲ ਜੁੜਨ ਵਾਸਤੇ ਬਾਹਰੋਂ ਬਿਨਤੀ ਜਿਹੜੀ ਹੈ ਉਹ ਰੁਕ ਜਾਵੇ ਪਹਿਲਾਂ ਤਾਂ ਇਹ ਹੀ ਸ਼ਰਤ ਹੈ ਕਿਉਂਕਿ ਮਨ ਸਾਡਾ ਨਾ ਅਗਲੀਆਂ ਪਿਛਲੀਆਂ ਗੱਲਾਂ ਨੂੰ ਚੇਤੇ ਕਰਦਾ ਰਹਿੰਦਾ ਜਾਂ ਤਾਂ ਆਉਣ ਵਾਲੀਆਂ ਘਾਟਾਂ ਘੜਦਾ ਰਹਿੰਦਾ ਅਤੇ ਜਾਂ ਫਿਰ ਪਿਛਲੀਆਂ ਬੀਤ ਚੁੱਕੀਆਂ ਗੱਲਾਂ ਨੂੰ ਚੇਤੇ ਕਰਦਾ ਰਹਿੰਦਾ ਕਲਯੁੱਗ ਦੇ ਵਿੱਚ ਸੰਗਤ ਇਹੋ ਜੀ ਹੈ ਜਿੱਥੇ ਮਨ ਸਾਡਾ ਟਿਕ ਜਾਂਦਾ ਨਾ ਅਗਲੀਆਂ ਗੱਲਾਂ ਚੇਤੇ ਕਰਦਾ ਨਾ ਪਿਛਲੀਆਂ ਗੱਲਾਂ ਨੂੰ ਫਿਰ ਯਾਦ ਕਰਦਾ ਅਤੇ ਵਰਤਮਾਨ ਦੇ ਵਿੱਚ ਰੁਕ ਜਾਂਦਾ ਰੁਕਿਆ ਹੋਇਆ ਮਨ ਉਪਦੇਸ਼ ਦੇ ਸੁਣਨ ਦਾ ਅਧਿਕਾਰੀ ਬਣ ਜਾਂਦਾ ਉਹਨੂੰ ਇਹ ਸਤਸੰਗਤ ਦੀ ਸ਼ੁਭ ਸਿੱਖਿਆ ਅਸਰ ਕਰਦੀ ਹੈ ਅਤੇ ਜੇ ਸਾਡਾ ਮਨ ਬਾਹਰੀ ਹਿਲ ਜੁਲ ਵਿੱਚ ਲੱਗਾ ਰਹੇ ਅੱਖਾਂ ਸਾਹਮਣੇ ਕੋਈ ਹੋਰ ਹਰਕਤ ਹੋ ਤਾਂ ਫਿਰ ਮਨ ਨਹੀਂ ਜੁੜ ਸਕਦਾ ਮਨ ਦਾ ਜੁੜਨਾ ਸ਼ਬਦ ਦੇ ਨਾਲ ਜਦੋਂ ਸਾਡਾ ਮਨ ਲੱਗ ਜਾਵੇ ਉਹ ਹੁੰਦਾ ਜੁੜਨਾ ਜੇ ਲੱਗਦਾ ਨਹੀਂ ਹੈ ਤਾਂ ਫਿਰ ਅਸੀਂ ਜੁੜੇ ਹੋਏ ਨਹੀਂ ਭਾਵੇਂ ਬਾਹਰੋਂ ਜਿੰਨਾ ਮਰਜ਼ੀ ਅੱਖਾਂ ਬੰਦ ਕਰੀ ਜਾਈਏ ਜਾਂ ਜੁੜਨ ਦਾ ਵਿਖਾਵਾ ਕਰੀਏ ਜੁੜ ਨਹੀਂ ਸਕੀਦਾ ਜੁੜਿਆ ਹੋਇਆ ਮਨ ਵਿਰਾਗ ਵਿੱਚ ਆ ਜਾਂਦਾ ਜੁੜਿਆ ਹੋਇਆ ਮਨ ਪ੍ਰੇਮ ਵਿੱਚ ਆ ਜਾਂਦਾ ਸੋ ਕੱਲ੍ਹ ਤੋਂ ਬੇਨਤੀ ਹੈ ਵੀ ਪਹਿਲਾਂ ਸੈਸ਼ਨ ਕਰ ਲਿਆ ਕਰੋ ਕਿਉਂਕਿ ਆਈ ਹੋਈ ਸੰਗਤ ਦਾ ਇਹ ਕਥਾ ਰਸ ਵਿੱਚ ਫਰਕ ਨਾ ਪਵੇ ਸੋ ਜਿੰਨਾ ਵੀ ਸਮਾਂ ਆਪਾਂ ਮਹਾਰਾਜ ਬਖਸ਼ਿਸ਼ ਕਰਦੇ ਹੈ ਉਹਨੂੰ ਸਫਲਾ ਕਰੀਏ ਇੰਨੀ ਧੀਮੀ ਆਵਾਜ਼ ਜਦੋਂ ਮੈਨੂੰ ਮੇਰੀ ਆਵਾਜ਼ ਨਹੀਂ ਸੁਣਦੀ ਫਿਰ ਕਥਾ ਹੁੰਦੀ ਨਹੀਂ ਤੋ ਆਪਣੀ ਆਵਾਜ਼ ਬਖਤੇ ਨੂੰ ਸੁਣਨੀ ਚਾਹੀਦੀ ਹੈ ਕੀਰਤਨੀਆਂ ਨੂੰ ਵੀ ਇਵੇਂ ਹੈ ਜੇ ਆਪਣੀ ਆਵਾਜ਼ ਨਾ ਸੁਣੋ ਤਾਂ ਲੱਗਦਾ ਕਿ ਕੀਰਤਨ ਨਹੀਂ ਹੋ ਰਿਹਾ ਲੱਗਦਾ ਕਿ ਕਥਾ ਨਹੀਂ ਹੋ ਰਹੀ ਤੋ ਬੇਨਤੀ ਹੈ ਜੀ ਸੈਟਿੰਗ ਵੀ ਕਰ ਲਓ ਜੇ ਮੈਚ ਬਦਲਣਾ ਚਿੰਤਾ ਕਰਨੀ ਬਹੁਤ ਔਖੀ ਸੀ ਵਾਹਿਗੁਰੂ ਆਪਾਂ ਯਾਦ ਕਰਦੇ ਹਾਂ ਥੋੜ੍ਹਾ ਚਿੰਤਾ ਸਮੇਂ ਦੀ ਪਿਆਰ ਨਾਲ ਸਤਿ ਨਾਮ ਵਾਹਿਗੁਰੂ
ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰੂ ਨਵਾਰ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸੰਸਾਰ ਵਿੱਚ ਜਨਮ ਦਿੱਤਾ ਸੋਝੀ ਦਿੱਤੀ ਸਤਸੰਗਤ ਦਾ ਪ੍ਰੇਮ ਦਿੱਤਾ ਇਸ ਤੋਂ ਬੜਮੁੱਲੀਆਂ ਦਾਤਾਂ ਹੋਰ ਨਹੀਂ ਹੁੰਦੀਆਂ ਮਨੁੱਖਾ ਜਨਮ ਵੀ ਦੁਰਲੱਭ ਹੈ ਚੰਗੀ ਸੋਝੀ ਪੈਣੀ ਵੀ ਦੁਰਲੱਭ ਹੈ ਸਤਸੰਗਤ ਦਾ ਪਿਆਰ ਲੱਗਣਾ ਵੀ ਦੁਰਲੱਭ ਹੈ ਇਹ ਸਾਰੀਆਂ ਦੁਰਲੱਭ ਚੀਜ਼ਾਂ ਜਿਸ ਮਨੁੱਖ ਨੂੰ ਪ੍ਰਾਪਤ ਹੋਣ ਉਹ ਬੜਾ ਵੱਡਿਆ ਭਾਗਾਂ ਵਾਲਾ ਹੁੰਦਾ ਹੈ ਪਰ ਜਦੋਂ ਅਸੀਂ ਸੰਸਾਰ ਵੱਲ ਵੇਖਦੇ ਹਾਂ ਤਾਂ ਸਾਨੂੰ ਬਹੁਤ ਜ਼ਿਆਦਾ ਮਾਇਆ ਵਾਲਾ ਵੱਡਿਆ ਭਾਗਾਂ ਵਾਲਾ ਲੱਗਣ ਲੱਗ ਜਾਂਦਾ ਬੜੇ ਜਿਹਦੇ ਕੋਲ ਪਦਾਰਥਾਂ ਦੇ ਸੁੱਖ ਨੇ ਉਹ ਵੱਡਿਆਂ ਭਾਗਾਂ ਵਾਲਾ ਪ੍ਰਤੀਕ ਹੁੰਦਾ ਹੈ ਪਰ ਕਬੀਰ ਸਾਹਿਬ ਬੜੀ ਗਰੀਬੀ ਵਿੱਚ ਵੇਖੋ ਰਹੇ ਹੈ ਪਰ ਕਬੀਰ ਸਾਹਿਬ ਜੀ ਦਾ ਨਾਮ ਏਡਾ ਪ੍ਰਸਿੱਧ ਹੈ ਕਿ ਜਿੰਨਾ ਚਿਰ ਤੱਕ ਇਹ ਕਾਇਨਾਤ ਹੈ ਇਹ ਸਾਰਾ ਪਸਾਰਾ ਹੈ ਕਬੀਰ ਸਾਹਿਬ ਦਾ ਨਾਮ ਅੰਮ੍ਰਿਤ ਅਟਲ ਹੈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਦੀਵਾਨ ਵਿੱਚ ਇੱਕ ਦਿਨ ਸਿੰਘਾਂ ਨੂੰ ਪੁੱਛਿਆ ਕਿ ਖਾਲਸਾ ਜੀ ਕਬੀਰ ਸਾਹਿਬ ਦੇ ਸਮੇਂ ਕਿਹੜਾ ਰਾਜਾ ਰਾਜ ਕਰਦਾ ਸੀ ਕਿਸੇ ਨੂੰ ਨਾ ਹੀ ਨਾ ਆਵੇ ਰਾਜੇ ਦਾ ਕੋਈ ਕਿਸੇ ਰਾਜੇ ਦਾ ਨਾਂ ਲਵੇ ਕੋਈ ਕਿਸੇ ਰਾਜੇ ਦਾ ਨਾਂ ਲਵੇ ਮਹਾਰਾਜ ਕਹਿੰਦੇ ਸੀ ਕੀ ਕਾਰਨ ਹੈ ਰਾਜੇ ਦਾ ਤਾਂ ਪ੍ਰਤਾਪ ਹੁੰਦਾ ਜਿਹਦੇ ਹੁਕਮ ਨਾਲ ਕਿਸੇ ਨੂੰ ਫਾਂਸੀ ਲੱਗਦੀ ਸੀ ਕਿਸੇ ਨੂੰ ਜ਼ਿੰਦਗੀ ਮਿਲਦੀ ਸੀ ਜਿਹਦੀਆਂ ਨੌਬਤਾਂ ਵੱਜਦੀਆਂ ਸੀ ਜਿਹਦੇ ਥੱਲੇ ਇੰਨੀਆਂ ਫੌਜਾਂ ਸੀ ਲੋਕ ਸਲਾਮਾਂ ਕਰਦੇ ਸੀ ਅੱਜ ਤੁਸੀਂ ਉਸ ਰਾਜੇ ਦਾ ਨਾਮ ਹੀ ਨਹੀਂ ਜਾਣਦੇ ਮਹਾਰਾਜ ਜੀ ਕਹਿੰਦੇ ਵੀ ਕਬੀਰ ਸਾਹਿਬ ਕੌਣ ਸੀ ਕਹਿੰਦੇ ਮਹਾਰਾਜ ਭਗਤ ਹੋਏ ਆ ਕਬੀਰ ਸਾਹਿਬ ਮਹਾਰਾਜ ਕਹਿੰਦੇ ਵੀ ਇਹ ਕੀ ਕਾਰਨ ਆ ਫਿਰ ਕਬੀਰ ਸਾਹਿਬ ਦੇ ਘਰ ਤਾਂ ਬਹੁਤ ਜ਼ਿਆਦਾ ਗਰੀਬੀ ਸੀ ਪਦਾਰਥ ਵੀ ਬੜੇ ਥੋੜ੍ਹੇ ਸਨ ਸੰਸਾਰ ਦੇ ਵੱਖ ਖੁਦਾ ਪਰ ਉਹਨਾਂ ਦਾ ਨਾਮ ਤੁਸੀਂ ਸਾਰੇ ਜਾਣਦੇ ਹੋ ਮਹਾਰਾਜ ਇਹਦਾ ਕੀ ਕਾਰਨ ਹੈ ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਦੁਨਿਆਵੀ ਪਦਾਰਥਾਂ ਦੀ ਬਹੁਲਤਾ ਨਾਲ ਆਪਣਾ ਪ੍ਰਤਾਪ ਦਿਖਾਉਂਦੇ ਹੈ ਉਹ ਥੋੜ੍ਹੇ ਦਿਨ ਦਾ ਹੁੰਦਾ ਬੀਤ ਜਾਂਦਾ ਹੈ ਸੰਸਾਰ ਤੋਂ ਜਿਹੜਾ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਜਾਂਦਾ ਹੈ ਉਹ ਸਦਾ ਸਦਾ ਲਈ ਅਮਰ ਅਤੇ ਅਟਲ ਹੋ ਜਾਂਦਾ ਹੈ ਕਿਉਂਕਿ ਵਾਹਿਗੁਰੂ ਜੀ ਵੀ ਅਵਿਨਾਸ਼ੀ ਹੈ ਅਤੇ ਵਾਹਿਗੁਰੂ ਜੀ ਦੇ ਨਾਮ ਜਪਣ ਵਾਲਾ ਵੀ ਅਵਿਨਾਸ਼ੀ ਹੋ ਜਾਂਦਾ ਹੈ ਆਪਾਂ ਜੀਵ ਹਾਂ ਮਰਨ ਤੋਂ ਡਰ ਲੱਗਦਾ ਹੈ ਚਾਹੁੰਦੇ ਹਾਂ ਕਿ ਨਾ ਮਰੀਏ ਪਰ ਸੱਚਾਈ ਤਾਂ ਇਹ ਹੈ ਨਾ ਕਿ ਦੇਹ ਤਾਂ ਇੱਕ ਦਿਨ ਮਰ ਜਾਂਦੀ ਹੈ ਮਹਾਰਾਜ ਜੀ ਨੇ ਸਾਨੂੰ ਇਹ ਸੁੱਖ ਸਿੱਖਿਆ ਦਿੱਤੀ ਹੈ ਕਿ ਤੂੰ ਆਪਣੇ ਵਾਸਤਵ ਸਰੂਪ ਨੂੰ ਪਹਿਚਾਣ ਲੈ ਜੇ ਤੂੰ ਨਹੀਂ ਮਰਨਾ ਚਾਹੁੰਦਾ ਤਾਂ ਜਿਹੜਾ ਤੇਰਾ ਅਸਲ ਰੂਪ ਹੈ ਨਾ ਉਹ ਸੱਚਮੁੱਚ ਨਾ ਹੀ ਜਨਮਦਾ ਹੈ ਅਤੇ ਨਾ ਹੀ ਮਰਦਾ ਹੈ ਜੇ ਤੂੰ ਆਪਣੇ ਆਪ ਨੂੰ ਦੇਹ ਸਮਝੇਗਾ ਤਾਂ ਦੇਹ ਵਾਸਤੇ ਤੈਨੂੰ ਫਿਰ ਉੱਚੇ ਭਾਵਨਾ ਦੀ ਵੀ ਲੋੜ ਪਵੇਗੀ ਦੇਹ ਦੇ ਅਭਿਆਸ ਵਾਸਤੇ ਤੂੰ ਦਿਖਾਵੇਂਗਾ ਕਿ ਮੇਰੇ ਕੋਲ ਬੜਾ ਵੱਡਾ ਘਰ ਹੈ ਸੰਸਾਰ ਨੂੰ ਆਪਣਾ ਪ੍ਰਤਾਪ ਦਿਖਾਉਣ ਲਈ ਇਹ ਸਭ ਕੁਛ ਕਰੇਗਾ ਜੇ ਇਹਨਾਂ ਦੇਸ਼ਾਂ ਵਿੱਚ ਵੀ ਵੇਖੀਏ ਤਾਂ ਦੌੜ ਲੱਗੀ ਰਹਿੰਦੀ ਹੈ ਚੰਗਾ ਫੜਾ ਘਰ ਹੁੰਦਾ ਹੈ ਫਿਰ ਜੇ ਕੋਈ ਨਾਲ ਦੇ ਦੋਸਤ ਮਿੱਤਰਾਂ ਨੇ ਵੱਡਾ ਘਰ ਲੈ ਲਿਆ ਤਾਂ ਮਾਈਆਂ ਬੀਬੀਆਂ ਵੀ ਫਿਰ ਇੱਛਾ ਕਰਦੀਆਂ ਵੀ ਸਾਡਾ ਵੀ ਵੱਡਾ ਹੋਵੇ ਵੀ ਉਹਨਾਂ ਦੇ ਘਰ ਅਸੀਂ ਜਾਂਦੇ ਹਾਂ ਬੜਾ ਸੋਹਣਾ ਘਰ ਹੈ ਇੱਥੇ ਸਾਖੀਆਂ ਤਕਰੀਬਨ ਇਹ ਜਿਹੀਆਂ ਹੀ ਸੁਣਾਉਂਦੇ ਆ ਜ਼ਿਆਦਾ ਅਤੇ ਅਸੀਂ ਵੀ ਚਲੇ ਜਾਈਏ ਘਰ ਹੀ ਦਿਖਾਉਂਦੇ ਹੁੰਦੇ ਆ ਵੀ ਬਾਬਾ ਜੀ ਆਓ ਸਾਨੂੰ ਘਰ ਦਿਖਾਈਏ ਅਤੇ ਵੱਡੇ ਵੱਡੇ ਕਮਰੇ ਅਤੇ ਚੰਗੇ ਵੱਡੇ ਲਿਵਿੰਗ ਰੂਮ
देखो इन्हें भी सिख का घर छोटा ही चाहिए भी चलो वड्डा हो गए पर उस वड्डे घर मन नहीं लाना चाहता मन अपना सच्चे पातशाह जी के नाम लाना चाहिए घर कड़े किसी न कदे निभे है कबीर जी ने शब्द कहे ही है ना दो पुत्र लड़ पे आपस में प्यो के मरण तो बाद वो कहे भी घर मेरा है वह कहे घर मेरा है कबीर जी का वह सतसंगी सी कबीर साहब न बुला लिया महाराज वेखो थोड़ी संगत करता सी इन्हों का पिता तो यह घर की वंड च ही लड़ पे है कबीर साहब जी ने फिर उन्होंने सिक्ख्या देंद्या होया कहा कि लाज ना मरो कहो घर मेरा अंत की बार नहीं कछ फेरा अंत दे वेले तो कोई चीज नाल निभदी नहीं है इस करके कबीर साहब साढ़े मन का जिहड़ा भरोसा बढ़िया होया है उच्चे घरां विच माया विच पदार्थां विच उन्हों तोड़ते हुए भाव भगती की सिक्ख्या देंदे फरमाते हैं पढ़ो फिर कबीर साहब जी कहते उच्चा भवन बहुत वड्डा घर ते कन कामनी इहदा अर्थ करन लई पाठ करीदा कनक ते कामनी कका जिहड़ा उह डेली दीपक बढ़ा के फिर दो वारी लाईदा है ते उचारण करन ते नाल पाठ तां कन कामनी ही करना कनक का अर्थ होंगे सुर कामनी का अर्थ है सुंदर स्त्री तो कबीर साहब जी कहते फिर उच्चा घर बहुत ज़्यादा सोना इकट्ठा करना तो फिर जड़ा है सुंदर स्त्री के नाल भोग भोग वो प्राप्त होनी शिखर ताजा लहराए फिर उन्हें भवनों के शिखर चोटियां के उत्ते ताजा की अपने निशान फहराने राजियां दे आपो अपने निशान किलियां दे उत्ते फहराए जांदे जिदा राज हुंदा है उदा निशान चुलदा है जिदा राज नहीं रहिंदा उदा निशान ला दिता जांदा है जिवें लाहौर दे शाही किले दे उत्ते जदों अंग्रेजां कब्जा कीता सी महाराजा साहिब ने जिहड़ा साडा खालसा ही निशान जिहड़ा साडे राज दा प्रतीक सी ते निशान साहिब साडे धर्म का प्रतीक हन जिहड़ा साडे खालसा राज का प्रतीक सी ओह निशान उतार दिता गया सी ते जिहड़े स्मारक महाराजे ने बनाए हुए सन लाहौर अंदर जिन्हां उत्ते लिखिया होया सी निश्चय कर अपनी जीत करो उतार दिते गए अज भी लाहौर दे अंदर महाराणी का लगा हुआ सिंबल जिहड़ा हाल बाजार के अंदर वो उतारिया गया सी खालसा राज का सिंबल तो सतसंगत जी जिहड़ियां ये प्रकरण तो हट के है जिहड़ियां कौमां गुलाम हो जांदियां उन्हां दी आजाद हस्ती दे चिन्ह मेट दिते जांदे जदों तुसीं सचखंड श्री हरिमंदर साहब की पुरातन तस्वीर वेखो ना वो हाथ की बनी हुई तो जिथों तुसीं हुण घंटा घर वाले पासे उतरदे आ पौड़ियां उसे ही बाही ते ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਇਮਾਰਤ ਬਣਾਈ ਸੀ ਜਿਹੜੀ ਖਾਲਸਾ ਰਾਜ ਦੀ ਪ੍ਰਤੀਕ ਸੀ ਅੰਗਰੇਜ਼ ਨੇ ਹੋਰ ਇਮਾਰਤ ਨਹੀਂ ਕੋਈ ਗਰਾਈ ਸਭ ਤੋਂ ਪਹਿਲਾਂ ਰਾਜ ਕਰਦੇ ਹਰਿਮੰਦਰ ਸਾਹਿਬ ਕਿਉਂਕਿ ਪੰਜਾਬ ਦਾ ਸਾਰਾ ਆਵਾਮ ਧਰਮੀ ਹੈ ਹਰਿਮੰਦਰ ਸਾਹਿਬ ਸਾਰੇ ਆਉਂਦੇ ਵੀ ਜਿਹਨਾਂ ਦੇ ਜਿਹਨ ਦੇ ਵਿੱਚ ਆਪਣੇ ਰਾਜ ਦੀ ਕੋਈ ਨਿਸ਼ਾਨੀ ਰਹਿ ਨਾ ਜਾਵੇ ਉਹ ਖਾਲਸਾ ਰਾਜ ਦੀ ਪ੍ਰਤੀਕ ਉਹ ਇਮਾਰਤ ਕਰਾ ਦਿੱਤੀ ਗਈ ਅਤੇ ਪਰ ਪੇਂਟਿੰਗ ਦੇ ਵਿੱਚ ਤੁਸੀਂ ਬਣੀ ਹੋਈ 1833 ਦੀ ਉਹ ਪੇਂਟਿੰਗ ਉਹਦੇ ਵਿੱਚ ਦੇਖ ਸਕਦੇ ਹਾਂ ਉਸ ਇਮਾਰਤ ਦੇ ਚਿੰਨ੍ਹ ਇੱਥੇ ਕਬੀਰ ਸਾਹਿਬ ਜੀ ਕਹਿੰਦੇ ਆ ਵੀ ਭਾਵੇਂ ਜਿੰਨੀਆਂ ਮਰਜ਼ੀ ਆਪਣੀਆਂ ਧਜਾ ਕੀ ਹੁੰਦੀਆਂ ਨਿਸ਼ਾਨ ਜਿਹੜੀਆਂ ਝੰਡੀਆਂ ਕਈ ਫਿਰ ਆਪਣੇ ਜਿਹੜਾ ਪ੍ਰਤਾਪ ਦਾ ਪ੍ਰਭਾਵ ਖਾਉਣ ਲਈ ਜਿਹੜਾ ਉਹ ਸਿਖਰ ਧਜਾ ਫਹਿਰਾਏ ਸਿਖਰ ਚੋਟੀ ਦੇ ਉੱਤੇ ਧਜਾ ਜਿਹੜੀ ਹੈ ਨਿਸ਼ਾਨ ਫਹਿਲਾਉਂਦੇ ਹੈ ਆਪਣਾ ਪ੍ਰਤਾਪ ਦਿਖਾਉਣ ਵਾਸਤੇ ਦਾਤੇ ਭਲੀ ਮਧੂਕਰੀ ਜੇ ਇੰਨਾ ਕੁਛ ਪ੍ਰਾਪਤ ਹੈ ਤੇ ਤਾਂ ਵੀ ਵਿਸ਼ਿਆਂ ਦੀ ਅੱਗ ਵਿੱਚ ਸੜ ਰਿਹਾ ਹੈ ਇੰਨਾ ਕੁਛ ਪ੍ਰਾਪਤ ਹੈ ਤਾਂ ਵੀ ਦੁੱਖ ਨਾਲ ਹਉਕੇ ਭਰ ਰਿਹਾ ਤੇ ਕਬੀਰ ਸਾਹਿਬ ਜੀ ਕਹਿੰਦੇ ਦਾਤੇ ਭਲੀ ਮਧੂਕਰੀ ਉਹਦੇ ਤੋਂ ਭਲੀ ਤਾਂ ਚੰਗੀ ਜਿਹੜੀ ਹੈ ਭਿੱਖਿਆ ਮੰਗ ਕੇ ਖਾ ਲੈਣੀ ਹੈ
ਭਿੱਖਿਆ ਨੂੰ ਮਧੂਕਰੀ ਤਾਂ ਕਹਿੰਦੇ ਜਿਹੜਾ ਮਧ ਜਿਹੜਾ ਭੌਰਾ ਹੁੰਦਾ ਹੈ ਨਾ ਉਹ ਇੱਧਰ ਉੱਧਰ ਭੌਂਦਾ ਰਹਿੰਦਾ ਨਾ ਫੁੱਲਾਂ ਦੇ ਉੱਤੇ ਅਤੇ ਜਿਹੜਾ ਉਹ ਰਸ ਲੈਂਦਾ ਹੈ ਜਿਹੜੇ ਸਾਧੂ ਹੁੰਦੇ ਆ ਉਹ ਭਜਨ ਕਰਨ ਲੱਗਿਆਂ ਫਿਰ ਹੋਰ ਕੁਝ ਖਿੱਚ ਨਹੀਂ ਕਰਦੇ ਅਤੇ ਜਿੱਥੋਂ ਕਿਤੋਂ ਕੁਝ ਖਾਣ ਨੂੰ ਮਿਲ ਜਾਵੇ ਅਤੇ ਆਪਣੇ ਪੇਟ ਦੀ ਅੱਗ ਨੂੰ ਸ਼ਾਂਤ ਕਰਕੇ ਭਜਨ ਵਿੱਚ ਚਿੱਤ ਜੋੜਦੇ ਆ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਉਸ ਉੱਚੇ ਘਰ ਨਾਲੋਂ ਤਾਂ ਫਿਰ ਮੰਗ ਕੇ ਭਿੱਖਿਆ ਖਾ ਲੈਣੀ ਚੰਗੀ ਹੈ, ਭਾਵ ਭਿਖਾਰੀ ਬਣ ਕਰਕੇ ਦੋ ਪ੍ਰਸ਼ਾਦੇ ਛਕ ਲੈਣੇ ਚੰਗੇ ਹੈ, ਕਿਉਂਕਿ ਤੇਰੇ ਮਨ ਨੂੰ ਸ਼ਾਂਤੀ ਤਾਂ ਹੈ ਨਹੀਂ, ਉਸੇ ਤਰ੍ਹਾਂ ਹੀ ਦੁੱਖ ਨਾਲ ਹੋਕੇ ਭਰੀ ਜਾਂਦਾ ਹੈ, ਇਸ ਦੇ ਨਾਲੋਂ ਤਾਂ ਚੰਗੀ ਭਿੱਖਿਆ ਮੰਗ ਕੇ ਖਾ ਲੈ। ਜੇ ਸੰਤਾਂ ਦੀ ਸੰਗਤ ਵਿੱਚ ਤੈਨੂੰ ਗੁਣ ਗਾਉਣ ਦਾ ਸਮਾਂ ਮਿਲ ਜਾਵੇ ਤਾਂ ਫਿਰ ਭਿੱਖਿਆ ਮੰਗ ਕੇ ਖਾ ਲੈਣੀ ਚੰਗੀ ਹੈ। ਜੇ ਉੱਚਾ ਘਰ ਪਾ ਲਿਆ ਤੇ ਸੰਗਤ ਨਾਲੋਂ ਟੁੱਟ ਗਿਆ ਤੇ ਕੀ ਲਾਭ ਹੋਇਆ ਉਸ ਉੱਚੇ ਘਰ ਦਾ ਤੈਨੂੰ। ਜੇ ਸੰਗਤ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕਹੇ ਹੈ ਕਿ ਭਾਈ ਉਹ ਉੱਚੇ ਮਹਿਲ ਉਹ ਮਾੜੀਆਂ ਸੁਣਦੀਆਂ ਨੇ ਜਿੱਥੇ ਪ੍ਰਭੂ ਦਾ ਨਾਮ ਜਪਿਆ ਜਾਂਦਾ ਹੈ। ਮਹਾਰਾਜ ਨੇ ਕਿਹਾ ਕਿ ਜਿੱਥੇ ਨਾਮ ਜਪੀਏ ਪ੍ਰਾਪਿਆਰੇ ਸੇ ਅਸਥਿਲ ਸੋਇਨ ਚੌਬਾਰੇ, ਜਿੱਥੇ ਨਾਮ ਨਾ ਜਪੀਆ ਮੇਰੇ ਗੋਇੰਦਾਰ ਸ੍ਰੀ ਨਗਰ ਉਜਾੜੀ ਜੀਓ। ਮਹਾਰਾਜ ਭਾਈ ਹੇਮਾ ਜੀ ਦੇ ਪ੍ਰਥਾਏ ਜਿੱਥੇ ਵਾਕ ਗਏ ਸੀ ਹਰ ਰੁੱਖੀ ਰੋਟੀ ਖਾਏ ਸੰਭਾਲੇ। ਮਹਾਰਾਜ ਸਾਹਿਬ ਜੀ ਜਦੋਂ ਗਏ ਤਰਨ ਤਾਰਨ ਸਾਹਿਬ ਤੋਂ ਆ ਰਹੇ ਸੀ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ, ਅਤੇ ਬੱਦਲ ਬੜਾ ਚੜ੍ਹ ਆਇਆ, ਵਰਖਾ ਸ਼ੁਰੂ ਹੋ ਗਈ, ਹਨੇਰੀ ਚੱਲ ਪਈ। ਮਹਾਰਾਜ ਕਿਹਾ ਬਈ ਸਿੱਖੋ ਰੁਕਣ ਨੂੰ ਕੋਈ ਥਾਂ ਵੇਖੋ। ਉਹ ਖਾਨ ਛਾਪਰੀ ਪਿੰਡ ਜਿੱਥੇ ਅੱਜ ਗੁਰਦੁਆਰਾ ਛਾਪਰੀ ਸਾਹਿਬ ਹੈ ਅਤੇ ਮੁਸਲਮਾਨਾਂ ਦੀਆਂ ਉੱਚੀਆਂ ਉੱਚੀਆਂ ਮਹਿਲ ਮਾੜੀਆਂ, ਅਤੇ ਉਹਨਾਂ ਨੇ ਸਿੱਖਾਂ ਜਦੋਂ ਪੁੱਛਿਆ ਗੁਰੂ ਸਾਹਿਬ ਰੁਕਣਾ ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ, ਕਹਿੰਦੇ ਸਾਡੇ ਘਰ ਸਮਾਗਮ ਹੋ ਰਿਹਾ, ਸਾਡੇ ਕੋਲ ਨਹੀਂ ਥਾਂ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਭਾਈ ਹੇਮਾ ਜੀ ਦੇ ਕੋਲ ਪਹੁੰਚ ਗਏ ਜਿੱਥੇ ਛੱਪੜੀ ਹੈ ਸਿੱਖ ਦੇ ਕੋਲ ਕੇਵਲ, ਅਤੇ ਮਹਾਰਾਜ ਜੀ ਨੂੰ ਪਿਆਰ ਨਾਲ ਯਾਦ ਕਰਦੇ ਭਾਈ ਹੇਮਾ ਜੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਵੇਖ ਕਰਕੇ ਮਨ ਗਦ ਗਦ ਹੋ ਗਿਆ, ਬੜੇ ਪਿਆਰ ਅਤੇ ਸਤਿਕਾਰ ਨਾਲ ਸਤਿਗੁਰਾਂ ਦੇ ਚਰਨ ਪਰਸੇ। ਹਜ਼ੂਰ ਨੂੰ ਬੈਠਣ ਵਾਸਤੇ ਚੰਗਾ ਵਿਛਾਉਣਾ ਵੀ ਨਹੀਂ ਦੇ ਸਕਦੇ, ਇੰਨੀ ਗਰੀਬੀ ਹੈ ਭਾਈ ਹੇਮਾ ਜੀ ਦੇ ਪਾਸ, ਅਤੇ ਸੱਥਰ ਦੇ ਉੱਤੇ ਇੱਕ ਵਿਛਾਉਣਾ ਵਿਛਾ ਕੇ ਮਹਾਰਾਜ ਨੂੰ ਬੈਠਣ ਲਈ ਬੇਨਤੀ ਕੀਤੀ। ਸੱਚੇ ਪਾਤਸ਼ਾਹ ਮਹਾਰਾਜ ਸਾਰੀ ਰਾਤ ਉੱਥੇ ਬਤੀਤ ਕੀਤੀ। ਜਦੋਂ ਮਹਾਰਾਜ ਜੀ ਸੁਬਾਹ ਨੂੰ ਚੱਲਣ ਲੱਗੇ ਸੀ ਨਾ, ਅਤੇ ਭਾਈ ਹੇਮਾ ਜੀ ਵਰਾਗ ਕਰਦੇ ਮਹਾਰਾਜ ਜੀ ਨੂੰ ਕਹਿੰਦੇ, ਸੱਚੇ ਪਾਤਸ਼ਾਹ ਮੈਂ ਇੰਨਾ ਗਰੀਬ ਹਾਂ ਕਿ ਆਪ ਜੀ ਦਾ ਸਤਿਕਾਰ ਵੀ ਨਹੀਂ ਮਹਾਰਾਜ ਕਰ ਸਕਿਆ, ਆਪ ਜੀ ਮਖਮਲੀ ਸੇਜਾ ਅਤੇ ਵਿਰਾਜ ਦੇ ਉਸ ਸੱਥਰ 'ਤੇ ਪੈਣ ਲਈ ਮਜਬੂਰ ਕੀਤਾ, ਮਹਾਰਾਜ ਮੈਨੂੰ ਮਾਫ਼ ਕਰ ਦਿਓ। ਸਤਿਗੁਰੂ ਜੀ ਨੇ ਉਸ ਸਮੇਂ ਕੰਠ ਲਾ ਕਰਕੇ ਭਾਈ ਹੇਮਾ ਜੀ ਨੂੰ ਆਖਿਆ ਸੀ, ਭਲੀ ਸੁਹਾਵੀ ਛਾਪਰੀ ਜਾ ਮੈਂ ਗੁਰੂ ਗਾਏ, ਕਿਸ ਹੀ ਕਾਮ ਨਾ ਧੌਲ ਹਰ ਜਿਤ ਹਰ ਬਿਸਰਾਏ। ਮਹਾਰਾਜ ਕਹਿੰਦੇ ਭਾਈ ਹੇਮਿਆ ਤੇਰੀ ਇਹ ਛੱਪਰੀ ਧੰਨ ਹੈ ਜਿਹਦੇ ਵਿੱਚ ਤੂੰ ਬੈਠ ਕਰਕੇ ਵਾਹਿਗੁਰੂ ਦੇ ਗੁਣ ਗਾਉਂਦਾ ਹੈ। ਮਹਾਰਾਜ ਜੀ ਨੇ ਸਾਨੂੰ ਇਹ ਦੱਸਿਆ ਕਿ ਵਾਹਿਗੁਰੂ ਦੇ ਗੁਣ ਗਾਉਣੇ ਸਭ ਤੋਂ ਵੱਡੀ ਜਾਇਦਾਦ ਹੈ, ਜਪਜੀ ਸਾਹਿਬ ਦੇ ਪਾਠ ਕਰਨੇ ਸਿੱਖ ਵਾਸਤੇ ਸਭ ਤੋਂ ਵੱਡੀ ਜਾਇਦਾਦ ਹੈ, ਪਰ ਅਸੀਂ ਵੀ ਅੱਜ ਪਦਾਰਥਾਂ ਦੇ ਯੁੱਗ ਵਿੱਚ ਫਸ ਕਰਕੇ ਗੁਰੂ ਸਾਹਿਬ ਦੀ ਸਿੱਖਿਆ ਨੂੰ ਭੁਲਾ ਕਰਕੇ ਪਦਾਰਥਾਂ ਵਿੱਚ ਹੀ ਫਸ ਗਏ ਹਾਂ। ਪਦਾਰਥ ਚਾਹੀਦੇ ਹੈ ਪਰ ਦੇਹ ਦੀ ਲੋੜ ਹੈ, ਮਨ ਦੀ ਲੋੜ ਨਹੀਂ ਹੈ। ਮਾਇਆ ਚਾਹੀਦੀ ਹੈ ਪਰ ਦੇਹ ਦੀ ਲੋੜ ਹੈ, ਮਨ ਦੀ ਲੋੜ ਨਹੀਂ ਹੈ। ਮਾਇਆ ਪਦਾਰਥ ਸਿੱਖ ਕੋਲ ਹੋਣ, ਇਹ ਨਹੀਂ ਕਿ ਸਿੱਖ ਗਰੀਬ ਚਾਹੀਦਾ ਹੈ, ਪਰ ਇਹਦੇ ਵਿੱਚ ਆਪਣਾ ਮਨ ਨਹੀਂ ਲਾਉਣਾ ਚਾਹੀਦਾ। ਇਹਦੇ ਵਿੱਚ ਮਨ ਲਾਵਾਂਗੇ ਤੇ ਸਾਡਾ ਜੀਵਨ ਨਿਸ਼ਫਲ ਚਲਿਆ ਜਾਵੇਗਾ, ਵਿਅਰਥ ਗਵਾਚ ਜਾਵੇਗਾ। ਤੋ ਕਬੀਰ ਸਾਹਿਬ ਜੀ ਕਹਿੰਦੇ ਨੇ ਭਾਵੇਂ ਸਿਖਰਾਂ ਦੇ ਉੱਤੇ ਚੋਟੀਆਂ ਦੇ ਉੱਤੇ ਬਹੁਤ ਜ਼ਿਆਦੀਆਂ ਤਜਾ ਨਿਸ਼ਾਨ ਫਰਾ ਲਵੇ, ਜੇ ਵਾਹਿਗੁਰੂ ਦਾ ਨਾਮ ਹੀ ਨਹੀਂ ਹੈ ਕੋਲ ਤਾਂ ਕੀ ਕਰਨਗੇ ਉੱਚੇ ਭਵਨ, ਇਕੱਠਾ ਕੀਤਾ ਹੋਇਆ ਸੋਨਾ, ਜੋੜੀ ਹੋਈ ਮਾਇਆ,
सुंदर स्त्री दे काम करीड़ा उहदे नाल की फल पा लवेगा, कुछ नहीं मिलेगा तेनूं। इस तों तां भली मधुकरी है, मंग के खा लैणा चंगा है, जे तेरे संतां दी संगत विच गुण गाउंदिआं उमर बतीत होवे तां। जे तेनूं सतसंगत विच मिलण दा सुभाग मिल जावे, सतसंगत विच बैठ करके वाहिगुरू विच सुरत लाउण दा समां मिल जावे, तां फिर इहदे नालों तां इन्नी बाहरों बहुबलता पदार्थां दी उहदे नालों तां मंग के रोटी खा लैणी वी कबीर साहिब कहिंदे भाई चंगी है। कबीर पाटन ते उजर भला, कबीर साहिब जी हुण दसदे आ भाई पाटन कहिंदे आ शहर नूं, ते कहिंदे आ वी शहर नालों तां उजाड़ चंगी है। वेखो जे कोई हुण उवें कहे संसारी पक्ष तों कि कबीर साहिब उजाड़ ही मंगदे, कबीर साहब कहिंदे भाई उस शहर तों की कराउणा जिथे लोग विचारी ने, कुकर्मी ने, सारे संसार दे अंदर विषयां दी ही बहुबलता कही जांदे, उन्हां शहरां तों की लैणा है। जिहड़े वसदे थां ने उन्हां नूं वेखण नूं तां लोग वेखदे आ भी इह बड़ा वस रिहा है, पर जे उत्थे परमेशर दा भगत ही नहीं रहिंदा, कोई संगत नहीं हुंदी, तां कबीर साहब कहिंदे की करना उन्हां शहरां नूं भाई, वह बसदियां हुई महल माड़ियां नूं की करना। कबीर पाटन ते पढ़ो, कबीर पाटन ते उजर भला, कबीर साहिब जी कहिंदे पाटन जिहड़े पट्टण शहर ने उन्हां तों भाई उजाड़ ही चंगी है, बियाबान ही चंगी है। राम भगत जह ठाए, जिस थां दे उत्ते मेरे राम दे परमेशर दे भगत रहिंदे है वह उजाड़ ही चंगी है, भगत दा रहिंदे है ना, संगत ते करन नूं मिल जाएगी ना। उन्हां शहरां तों की कराउणा जिथे परमेशर दे भगत नहीं रहिंदे, कोई गुरमुख नहीं रहिंदे। राम स्नेही बाहरा, एक राम दे नाल स्नेह करन वाला जिहड़ा भगत वै उस तों बाहरा भाव बिना, जम पर मेरे पाए, मेरे भा दी तां सारी जमां दी पुरी है, नरक ही नरक वै। हुण वेख लईए सानूं जदों संसार दिसदा है कोई भजन नहीं करता तो गुरमुखां नूं प्रतीत हुंदा वी इह नरक ही है। जिन्हां घरां विच वाहिगुरू का नाम नहीं जपिया जाता, नितनेम नहीं करते सतसंग जी, फिर जदों कितें कोई मेल हुंदा गुरमुखां दा तो उन्हां नूं कहिंदे जी असीं बड़े दुखी हाँ, बड़े परेशान हाँ, भई जदों नाम छड दिता तो दुख तो तुसीं आप सहेड़ लिया। जिन्हां घरां विचों अमृत वेला चले जांदा है, भजन नहीं करते, नितनेम नहीं करते, समझो कि वह दुखां नूं आप ही सदा दे रहे हैं। तो कबीर साहब जी कहिंदे मेरे भा दी तां उह जमपुरी है जिथे जम सजावां दिंदे है, लोग वेखो अपने आप ही दुखी हो के खह खह के मरदे आ, उह जमपुरी ही है जिथे भजन की शांति नहीं, वाहिगुरु के नाम की ठंडक नहीं है। तो कबीर साहब कहते ऐसी हालत है भाई मेरे भा की, तो वह जमपुरी है जिथे वाहिगुरु का नाम नहीं जपया जाता, तो लोग वेखण नूं समझते हैं भी बड़ा वड्डा वसदा शहर है, बड़े बड़े देश ने। जिमें आप इन्हां देशों में वेखीए तो विषयां की बहुलता बहुत ज्यादा, हुण तां भावें सारे थावां ते प्रभाव पै गया है। ਅਤੇ ਜੇ ਵੇਖੀਏ ਤਾਂ ਸਾਧ ਸੰਗਤ ਜੀ ਜਿਹੜਾ ਮਨ ਇਸੇ ਕਰਕੇ ਹੀ ਉੱਧਰ ਨੂੰ ਪ੍ਰਵਿਰਤ ਹੁੰਦਾ ਹੈ ਕਿ ਚਲੋ ਉੱਥੇ ਵਿਸ਼ੇ ਭੋਗਣ ਨੂੰ ਮਿਲਣਗੇ, ਤਾਂ ਫਿਰ ਉਹਨੇ ਕੀ ਸਤਸੰਗਤ ਕਰਨੀ ਹੈ, ਕੀ ਉਸਦੇ ਮਨ ਦੇ ਅੰਦਰ ਸ਼ਾਂਤੀ ਆਵੇਗੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਬਾਹਰੀ ਸੰਸਾਰ ਦਾ ਪ੍ਰਭਾਵ ਇਹ ਚਕਾ ਚੌਂਦ ਮਨ ਨੂੰ ਸ਼ਾਂਤੀ ਨਹੀਂ ਦਿੰਦੇ। जे उजाड़ विच भी रहना थोड़े पदार्थ हैं तो कबीर साहब जी कहिंदे भाई वो उजाड़ ही चंगी है, नहीं तो मेरे भा दे तां कहिंदे भाई ये पट्टण वड्डे वड्डे शहर जिहड़े हन ये जमपुरी दी न्याई हन। कबीर गंग जमन के अंतरे, सतसंग जी कबीर साहब जी हुण इहदा अंतरीप अर्थ भी आऊगा, तो पहलों बाहरी अर्थ आप जी सरवण करो। कबीर साहब जी कहिंदे भी गंगा ते जमुना जिहड़ी आ उहदे अंतरे भाव उहदे अंदर सरस्वती जिहड़ी आ उह गुप्त रूप विच आउंदी है। सहज
ਗਜ ਸੁਣ ਕੇ ਘਾਟ। ਉੱਥੇ ਵੇਦ ਘਾਟ ਇੱਕ ਮੰਨਿਆ ਜਾਂਦਾ ਪੰਡਤਾਂ ਵੱਲੋਂ, ਤੇ ਕਹਿੰਦੇ ਉਹ ਸਹਿਜ ਤੇ ਸੁਣ ਅਫੁਰ ਅਵਸਥਾ ਦਾ ਘਾਟ ਹੈ। ਘਾਟ ਉਹਨੂੰ ਕਹਿੰਦੇ ਜਿਹਦੇ ਰਾਹੀਂ ਉਤਰ ਕੇ ਨਦੀ ਵਿੱਚ ਨਹਾਤਾ ਜਾਵੇ, ਜਿੱਥੇ ਲੋਕ ਕੱਪੜੇ ਧੋ ਲੈਂਦੇ ਆ, ਨਹਾ ਲੈਂਦੇ ਆ, ਉਵੇਂ ਨਦੀ ਦੀ ਤੁਗਿਆਨੀ ਤੇਜ ਹੁੰਦੀ ਆ, ਵਹਾ ਕੇ ਲੈ ਜਾਂਦੀ ਹੈ। ਤੇ ਦਰਿਆਵਾਂ ਤੇ ਘਾਟ ਬਣੇ ਹੁੰਦੇ ਜਿੱਥੇ ਲੋਕ ਜਲ ਵਰਤਣ ਵਾਸਤੇ ਉਤਰਦੇ ਆ ਜਾਂ ਉਹਨਾਂ ਘਾਟਾਂ ਤੇ ਬੇੜੇ ਪੈਂਦੇ ਆ। ਕਬੀਰ ਸਾਹਿਬ ਜੀ ਕਹਿੰਦੇ ਭਾਈ ਇਉਂ ਜਿਵੇਂ ਤਰਵੇਣੀ ਹੈ ਸਾਧ ਸੰਗਤ ਜੀ, ਉੱਥੇ ਤਰਵੇਣੀ ਤਾਂ ਕਹਿੰਦੇ ਆ ਕਿ ਗੰਗਾ, ਜਮੁਨਾ ਤੇ ਸਰਸਵਤੀ ਇਹ ਤਿੰਨ ਨਦੀਆਂ ਉੱਥੇ ਇਕੱਠੀਆਂ ਹੁੰਦੀਆਂ ਨੇ। ਤੋ ਕਬੀਰ ਸਾਹਿਬ ਜੀ ਕਹਿੰਦੇ ਭਾਈ ਇਹ ਘਾਟ ਜਿਹੜਾ ਹੈ ਉਹ ਸਹਿਜ ਦਾ ਵੇਦ ਘਾਟ ਮੰਨਦੇ ਆ ਵੀ ਸ਼ਾਂਤੀ ਵਾਲਾ ਇਹ ਘਾਟ ਹੈ, ਜਿਵੇਂ ਪ੍ਰਾਇਰਾਗ ਦੇ ਉੱਪਰ ਬੜਾ ਇਸ਼ਨਾਨ ਕਰਨ ਦਾ ਫਲ ਸਮਝਦੇ ਆ। ਅਫੁਰ ਅਵਸਥਾ ਵਾਲਾ ਕਹਿੰਦੇ ਭਾਈ ਇਹ ਘਾਟ ਹੈ। ਕਬੀਰ ਸਾਹਿਬ ਜੀ ਕਹਿੰਦੇ ਭਾਈ ਉੱਥੇ ਅਸੀਂ ਵੀ ਕਾਂਸ਼ੀ ਵਿੱਚ ਗੰਗਾ ਦੇ ਕਿਨਾਰੇ ਮਟਕੀਆ, ਭਾਵ ਆਪਣੀ ਅਸਥਿਤੀ ਕੀਤੀ, ਟਿਕਾਣਾ ਕੀਤਾ। ਜਿਹੜੇ ਰਿਖੀ ਮੁਨੀ ਜਨ ਹਨ ਉਹ ਵੀ ਇਸ ਰਾਹ ਨੂੰ ਲੱਭਦੇ ਆ ਕਿ ਸਾਨੂੰ ਵੀ ਵੇਦ ਘਾਟ ਪ੍ਰਾਪਤ ਹੋਵੇ, ਅਫੁਰ ਅਵਸਥਾ ਨੂੰ ਪ੍ਰਾਪਤ ਹੋਈਏ। ਇਸੇ ਪ੍ਰਕਾਰ ਹੀ ਕਬੀਰ ਗੰਗ ਜਮਨ ਕੇ ਅੰਤਰੇ, ਕਬੀਰ ਸਾਹਿਬ ਜੀ ਕਹਿੰਦੇ ਵੀ ਗੰਗਾ ਕੀ ਹੈ, ਵਾਹਿਗੁਰੂ ਦੀ ਭਗਤੀ ਗੰਗਾ ਹੈ, ਜਿਹੜੀ ਸਾਧ ਸੰਗਤ ਦੀ ਉਪਾਸ਼ਨਾ ਕਰਨੀ ਇਹ ਗੰਗਾ ਵਗ ਰਹੀ ਹੈ, ਜਿਹੜੀ ਇਹ ਗੁਰੂ ਕੀ ਸਾਧ ਸੰਗਤ ਹੈ ਨਾ ਇਹ ਘਾਟ ਹੈ, ਤੇ ਇਸ ਘਾਟ ਦੇ ਅੰਦਰ ਜਿਹੜੀ ਇਹ ਭਗਤੀ ਇਹ ਗੰਗਾ ਦੀ ਨਿਆਈ ਵਗ ਰਹੀ ਹੈ। ਤੇ ਗੰਗ ਜਮਨ ਕੇ ਅੰਤਰੇ, ਜਮਨ ਜਮਨਾ ਕੀ ਹੈ, ਸਤ ਸੰਗਤ ਜੀ ਨਿਸ਼ਕਾਮ ਕਰਮਾਂ ਦੀ ਜਿਹੜੀ ਸਿੱਖਿਆ ਮਿਲਦੀ ਹੈ ਇਹ ਜਮਨਾ ਵਗ ਰਹੀ ਹੈ ਗੁਰੂ ਕੀ ਸਾਧ ਸੰਗਤ ਰੂਪੀ ਘਾਟ ਦੇ ਅੰਦਰ। ਇਹ ਸਤਸੰਗਤ ਤਰਵੇਣੀ ਹੈ, ਅੰਤਰੀਵ ਤਰਵੇਣੀ ਹੋਰ ਵੀ ਦੱਸੀ ਹੈ ਮਹਾਰਾਜ ਨੇ ਬਾਣੀ ਵਿੱਚ। ਇਹ ਸਤ ਸੰਗਤ ਜੀ ਸਾਧ ਸੰਗਤ ਦੇ ਅੰਦਰ ਤਰਵੇਣੀ ਚੱਲ ਰਹੀ ਹੈ, ਇੱਕ ਤਾਂ ਭਾਵ ਭਗਤੀ ਜਿਹੜੀ ਹੈ ਗੰਗਾ ਵਗ ਰਹੀ ਹੈ, ਅਤੇ ਸੁੱਖ ਕਰਮ ਕਰਨੇ, ਪਰਉਪਕਾਰ ਵਾਲੇ ਕਰਮ ਕਰਨੇ, ਨਿਸ਼ਕਾਮ ਕਰਮ ਕਰਨੇ ਇਹ ਜਮੁਨਾ ਵਗ ਰਹੀ ਹੈ। ਜਦੋਂ ਇਹ ਦੋ ਨਦੀਆਂ ਸਾਧ ਸੰਗਤ ਰੂਪੀ ਘਾਟ 'ਤੇ ਆ ਕੇ ਜਦੋਂ ਪ੍ਰਾਪਤ ਹੁੰਦੀਆਂ ਅਤੇ ਅੰਦਰ ਫਿਰ ਗਿਆਨ ਰੂਪੀ ਸਵਰਸਵਤੀ ਪ੍ਰਗਟ ਹੋ ਜਾਂਦੀ ਹੈ, ਕਿਉਂਕਿ ਸਵਰਸਵਤੀ ਗੁਪਤ ਆਉਂਦੀ ਹੈ ਨਾ, ਗੰਗਾ ਅਤੇ ਜਮੁਨਾ ਬਾਹਰ ਦਿਸਦੀ ਹੈ, ਸਵਰਸਵਤੀ ਵਿੱਚੋਂ ਦੀ ਹੋ ਕਰਕੇ ਕਹਿੰਦੇ ਵੀ ਰਲਦੀ ਹੈ ਨਾਲ, ਕਿਉਂ ਅੰਦਰ ਫਿਰ ਗਿਆਨ ਦਾ ਪ੍ਰਵਾਹ ਜਿਹੜਾ ਪ੍ਰਗਟ ਹੋ ਜਾਣਾ ਇਹ ਸਵਰਸਵਤੀ ਦਾ ਚੱਲਣਾ ਹੈ, ਇਹ ਅੰਦਰ ਗਿਆਨ ਪ੍ਰਗਟ ਹੋ ਜਾਂਦਾ ਹੈ। ਗੰਗ ਜਮਨ ਕੇ ਅੰਤਰੇ ਸਹਿਜ ਸੁਣ ਕੇ ਘਾਟ, ਜਿਹੜਾ ਸ਼ਾਂਤੀ ਵਾਲਾ ਘਾਟ ਹੈ ਇਹ ਗੁਰੂ ਕੀ ਸਾਧ ਸੰਗਤ ਰੂਪੀ ਸ਼ਾਂਤੀ ਵਾਲਾ ਘਾਟ ਹੈ, ਇੱਥੇ ਸੁਣ ਅਵਸਥਾ ਅਫੁਰ ਅਵਸਥਾ ਸਿੱਖਾਂ ਨੂੰ ਪ੍ਰਾਪਤ ਹੁੰਦੀ ਹੈ। ਜਿਹੜੇ ਜੋਗੀ ਪ੍ਰਾਣਾਯਾਮ ਕਰਕੇ ਵੀ ਪਾਉਣੀ ਬੜੀ ਉਹਨਾਂ ਲਈ ਕਠਿਨ ਹੈ, ਸਾਧਨਾ ਕਰਕੇ ਵੀ ਬੜੀ ਪਾਉਣੀ ਕਠਿਨ ਹੈ, ਉਹ ਸੁਧੇ ਸਿੱਧ ਹੀ ਗੁਰਸਿੱਖਾਂ ਨੂੰ ਕੁੰਡਲਨੀ ਸੁਲਝੀ ਸਤਸੰਗਤ, ਸਤਸੰਗਤ ਕਰਨ ਨਾਲ ਭੁਜੰਗਮੀ ਭੁਜੰਗਮਾਂ ਨਾੜੀ ਜਿਹੜੀ ਕੁੰਡਲਾ ਮਾਰ ਕੇ ਅੰਦਰ ਬਿੜੀ ਹੈ ਬੈਠੀ ਹੈ, ਭਾਵ ਕੁੰਡਲਾਕਾਰ ਹੈ ਜਿਹੜੀ ਨਾੜੀ, ਉਹ ਕੁੰਡਲਨੀਆਂ ਸਿੱਧੀਆਂ ਹੋ ਜਾਂਦੀਆਂ ਨੇ, ਹਿਰਦਾ ਰੂਪੀ ਕੌਲ ਸਿੱਧਾ ਹੋ ਜਾਂਦਾ ਹੈ। ਇਹ ਸਾਧ ਸੰਗਤ ਰੂਪੀ ਜਿਹੜਾ ਘਾਟ ਹੈ ਨਾ ਇਹ ਸ਼ਾਂਤੀ ਦਾ ਅਤੇ ਅਫੁਰ ਅਵਸਥਾ ਵਾਲਾ ਘਾਟ ਹੈ, ਇਸ ਘਾਟ ਰਾਹੀਂ ਭਾਵ ਭਗਤੀ ਰੂਪੀ ਗੰਗਾ ਵਿੱਚ ਉਤਰਿਆ ਜਾ ਸਕਦਾ ਹੈ। ਉਸ ਤਰ੍ਹਾਂ ਕਹੇ ਕਿ ਕਾਲਿ ਯੁੱਗ ਵਿੱਚ ਭਾਵ ਭਗਤੀ ਵਿੱਚ ਜੁੜ ਜਾਵਾਂ, ਨਹੀਂ ਜੁੜਿਆ ਜਾਂਦਾ। ਜੇ ਕਹੇ ਕਿ ਮੈਂ ਸੁੱਭ ਕਰਮਾਂ ਨੂੰ ਇਸ ਤਰ੍ਹਾਂ ਕਮਾ ਲਵਾਂਗਾ, ਸਾਧ ਸੰਗਤ ਤੋਂ ਵੱਡਾ ਕੋਈ ਸੁੱਭ ਕਰਮ ਨਹੀਂ ਹੁੰਦਾ, ਇਸ ਕਰਕੇ ਇਹ ਸ੍ਰੇਸ਼ਟ ਕਰਮਾਂ ਰੂਪੀ ਜਮੁਨਾ ਦਾ ਘਾਟ ਵੀ ਗੁਰੂ ਨਾਨਕ ਸਾਹਿਬ ਦੀ ਸਾਧ ਸੰਗਤ ਹੀ ਹੈ। ਫਿਰ ਸਾਧ ਸੰਗਤ ਜੀ ਇਸ ਸੰਸਾਰ ਦੇ ਅੰਦਰ ਬੜੇ ਲੋਕ ਗਿਆਨ ਦਾ ਦਾਵਾ ਕਰਦੇ ਹੈ, ਪਰ ਸਤਸੰਗਤ ਵਿੱਚੋਂ ਜਿਹੜਾ ਮਿਲਿਆ ਹੋਇਆ ਪਵਿੱਤਰ ਗਿਆਨ ਹੈ ਨਾ, ਕੇਵਲ ਇਹੀ ਪਰਲੋਕ ਵਿੱਚ ਸਹਾਈ ਹੁੰਦਾ ਹੈ। ਇਸ ਕਰਕੇ ਗਿਆਨ ਰੂਪੀ ਸਵਰਸਵਤੀ ਦਾ ਘਾਟ ਵੀ ਗੁਰੂ ਨਾਨਕ ਸਾਹਿਬ ਦੀ ਸਾਧ ਸੰਗਤ ਹੈ। ਤੋ ਕਬੀਰ ਸਾਹਿਬ ਜੀ ਕਹਿੰਦੇ ਭਾਈ ਇਹ ਸਾਧ ਸੰਗਤ ਰੂਪੀ ਅਫੁਰ ਘਾਟ ਦੇ ਉੱਤੇ ਆ ਕਰਕੇ ਇਹ ਤਿੰਨ ਨਦੀਆਂ ਦਾ ਇਸ਼ਨਾਨ ਜਿਹੜਾ ਉਹ ਪ੍ਰਾਪਤ ਹੁੰਦਾ ਹੈ। ਕਬੀਰ
ਰਹਿ ਮਟ ਕੀਆ। ਕਬੀਰ ਜੀ ਕਹਿੰਦੇ ਮੈਂ ਸਾਧ ਸੰਗਤ ਰੂਪੀ ਘਾਟ ਦੇ ਉੱਤੇ ਮਟ ਆਪਣਾ ਟਿਕਾਣਾ ਜਿਹੜਾ ਉਸ ਕਰ ਲਿਆ ਹੈ। ਖੋਜਤ ਮਨ ਜਨ ਬਾਟ, ਜਿਹੜੇ ਮੁਨੀ ਹੈ ਜਨ ਪਿਆਰੇ ਹੈ ਉਹ ਇਸ ਬਾਟ ਨੂੰ ਇਸ ਰਾਹ ਨੂੰ ਖੋਜਦੇ ਹੈ ਲੱਭਦੇ ਹੈ ਵੀ ਸਾਨੂੰ ਵੀ ਅਫੁਰ ਅਵਸਥਾ ਮਿਲੇ। ਪਰ ਕਹਿੰਦੇ ਮੈਨੂੰ ਤਾਂ ਸਾਧ ਸੰਗਤ ਅਰ ਗੁਰ ਕੀ ਕਿਰਪਾ ਹੈ, ਮੈਨੂੰ ਸਾਧ ਸੰਗਤ ਦੀ ਕਿਰਪਾ ਨਾਲ ਅਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਅਫੁਰ ਅਵਸਥਾ ਮਿਲ ਗਈ ਹੈ। ਸਤਸੰਗਤ ਵਿੱਚੋਂ ਮੈਨੂੰ ਇਹ ਦਾਤ ਪ੍ਰਾਪਤ ਹੋਈ ਹੈ। ਜਿਸ ਨੂੰ ਰਿਖੀ ਮੁਨੀ ਜਨ ਬਹੁਤ ਜ਼ਿਆਦਾ ਖੋਜਦੇ ਹੈ, ਸਾਧਨਾ ਕਰਦੇ ਹੈ, ਲੱਭਦੇ ਹੈ ਪਰ ਪ੍ਰਾਪਤ ਨਹੀਂ ਹੁੰਦਾ, ਮੈਨੂੰ ਸਾਧ ਸੰਗਤ ਰੂਪੀ ਘਾਟ ਤੋਂ ਕਬੀਰ ਸਾਹਿਬ ਕਹਿੰਦੇ ਭਈ ਇਹ ਅਫੁਰ ਅਵਸਥਾ ਲੱਭੀ ਹੈ। ਜਦੋਂ ਕੋਈ ਬਾਲਾ ਅਮੀਰ ਹੋ ਜਾਏ, ਬਿਜ਼ਨਸ ਬੜਾ ਚੱਲ ਪਏ ਅਤੇ ਉਹਨੂੰ ਫਿਰ ਉਹਦੇ ਰਿਸ਼ਤੇਦਾਰ ਪੁੱਛਦੇ ਹੀ ਹੈ ਨਾ ਵੀ ਇਹ ਗੱਲ ਕੀ ਹੈ ਤੇਰੀ ਅਮੀਰੀ ਦੀ, ਤੇਰਾ ਬਿਜ਼ਨਸ ਬੜਾ ਚੱਲ ਰਿਹਾ ਹੈ। ਕਬੀਰ ਸਾਹਿਬ ਨੂੰ ਫਿਰ ਕਮਾਈ ਵਾਲੇ ਆ ਕੇ ਪੁੱਛਦੇ ਜਦੋਂ ਇਸ ਰਾਹ 'ਤੇ ਪਏ ਹੋਏ, ਕਬੀਰ ਜੀ ਇਹ ਤੁਹਾਨੂੰ ਇੰਨੀ ਆਤਮਕ ਅਵਸਥਾ ਮਿਲੀ ਕਿਵੇਂ ਹੈ, ਤੁਹਾਡਾ ਨਾਮ ਵਿੱਚ ਚਿੱਤ ਭਿੱਜਿਆ ਕਿਵੇਂ ਹੈ? ਤਾਂ ਕਬੀਰ ਸਾਹਿਬ ਕਹਿੰਦੇ ਭਈ ਸਾਧ ਸੰਗਤ ਵਿੱਚ ਜੁੜ ਕੇ ਮੇਰਾ ਮਨ ਭਿੱਜ ਗਿਆ ਨਾਮ ਵਿੱਚ, ਸਤਸੰਗਤ ਵਿੱਚ ਲੱਗ ਕਰਕੇ ਮੈਨੂੰ ਇਹ ਅਵਸਥਾ ਪ੍ਰਾਪਤ ਹੋਈ ਹੈ। ਤਾਂ ਕਬੀਰ ਸਾਹਿਬ ਕਹਿੰਦੇ ਭਾਈ ਮੈਂ ਤਾਂ ਟਿਕਾਣਾ ਹੀ ਸਾਧ ਸੰਗਤ ਵਿੱਚ ਕਰ ਲਿਆ, ਇਸ ਕਰਕੇ ਸਾਨੂੰ ਵੀ ਮਹਾਰਾਜ ਆਗਿਆ ਕੀਤੀ ਹੈ ਸਵੇਰੇ ਸ਼ਾਮ ਸੰਗਤ ਕਰਨ ਦੀ, ਆਪਣੇ ਮਨ ਦਾ ਟਿਕਾਣਾ ਹੀ ਗੁਰੂ ਕੀ ਸਾਧ ਸੰਗਤ ਵਿੱਚ ਕਰ ਲੈਣਾ ਚਾਹੀਦਾ। ਇਸੇ ਪ੍ਰਕਾਰ ਹੀ ਕਬੀਰ ਸਾਹਿਬ ਜੀ ਕਹਿੰਦੇ ਬਈ ਇਹ ਤੀਸਰਾ ਅਰਥ ਹੈ ਗੰਗ ਜਮਨ ਕੇ ਅੰਤਰੇ। ਸਤ ਸੰਗਤ ਜੀ ਇਹ ਯੋਗੀਆਂ ਦੇ ਮਤ ਅਨੁਸਾਰ ਅਰਥ ਹੈ। ਸਾਡੇ ਸਤ ਸੰਗਤ ਜੀ ਸਰੀਰ ਦੇ ਅੰਦਰ ਦੋ ਜਿਹੜੀਆਂ ਇਹ ਨਾਸਕਾ ਨਾ ਇੜਾ ਅਤੇ ਪਿੰਗਲਾ, ਇਹ ਜਿਹੜੀ ਇੜਾ ਹੈ ਇਹ ਤਾਂ ਚੰਦਰਮਾ ਦੀ ਸੁਰ ਹੈ ਅਤੇ ਇਹ ਗੰਗਾ ਹੈ, ਇਹ ਗੰਗਾ ਦਾ ਪ੍ਰਵਾਹ ਹੈ। ਅਤੇ ਜਿਹੜੀ ਪਿੰਗਲਾ ਹੈ ਸੱਜੀ ਸੁਰ, ਇਹ ਸਾਧ ਸੰਗਤ ਜੀ ਸੂਰਜ ਦੀ ਪੁੱਤਰੀ ਜਮਨਾ ਮੰਨੀ ਜਾਂਦੀ ਹੈ ਨਾ, ਅਤੇ ਇਹ ਸੂਰਜ ਦੀ ਸੁਰ ਹੈ ਭਾਵ ਜਮਨਾ ਵੱਗ ਰਹੀ ਹੈ। ਕਬੀਰ ਗੰਗ ਜਮਨ ਕੇ ਅੰਤਰੇ। ਅਤੇ ਜਿਹੜੀ ਗੁਪਤਵ ਹੈ ਉਹ ਕਿਹੜੀ ਹੈ ਅੰਦਰ ਭਾਵ, ਉਹ ਹੈ ਸੁਖਮਨਾ ਨਾੜੀ। ਜਿਹੜੀ ਸਾਡੀ ਕਿੜਾ ਅਤੇ ਪਿੰਗਲਾ ਇਹ ਦੋਵੇਂ ਨਾੜੀਆਂ ਨਾ, ਅਤੇ ਇਹ ਜਦੋਂ ਭਰਵੱਟਿਆਂ ਦੀ ਸੰਧ ਵਿੱਚ ਇਹ ਜੋੜ ਪਹੁੰਚਦਾ ਹੈ ਅਤੇ ਉੱਥੋਂ ਸੁਖੋਣਾ ਸ਼ੁਰੂ ਹੁੰਦੀ ਹੈ, ਉਹਨੂੰ ਯੋਗੀ ਤ੍ਰਿਕੁੱਟੀ ਵੀ ਕਹਿੰਦੇ ਹੈ। ਤ੍ਰਿਕੁੱਟੀ ਹੁੰਦੀ ਤਾਂ 14 ਪ੍ਰਕਾਰ ਦੀ ਹੈ, ਪਰ ਯੋਗੀਆਂ ਦੀ ਤ੍ਰਿਕੁੱਟੀ ਇਹ ਹੈ ਕਿ ਕਿੜਾ ਪਿੰਗਲਾ ਔਰ ਸੁਖਮਨਾ। ਭਗਤ ਬੇਣੀ ਜੀ ਦਾ ਵੀ ਇਹ ਸ਼ਬਦ ਹੈ ਕਿ ਕਿੜਾ ਪਿੰਗਲਾ ਔਰ ਸੁਖਮਨਾ ਤੀਨ ਬਸੈ ਇੱਕ ਠਾਈ। ਕਹਿੰਦੇ ਨੇ ਬੇਣੀ ਸੰਗਮ ਪਰਾਗ ਮਨ ਮੱਜਨ ਕਰੇ ਤਥਾਈ। ਭਗਤ ਬੇਣੀ ਜੀ ਕਹਿੰਦੇ ਨੇ ਮੇਰੇ ਅੰਦਰ ਵੀ ਪਰਾਗ ਰਾਗ ਦਾ ਜਿਹੜੀ ਹੈ ਨਾ ਉਹ ਤੀਰਥ ਬਣ ਰਿਹਾ ਹੈ, ਗੁਰੂ ਕੀ ਸਾਧ ਸੰਗਤ ਰੂਪੀ ਪਰਾਏ ਰਾਗ ਤੀਰਥ ਹੈ, ਜਿੱਥੇ ਕਹਿੰਦੇ ਮੈਂ ਮੱਜਨ ਇਸ਼ਨਾਨ ਕਰ ਰਿਹਾ ਹਾਂ। ਜੋਗੀ ਜਿਹੜੇ ਹੈ ਇਹ ਸਾਧ ਸੰਗਤ ਜੀ ਕੀ ਕਰਦੇ ਹੈ ਕਿ ਜਿਹੜੀ ਸੂਰਜ ਦੀ ਸੁਰ ਨਾਲ ਸਵਾਸ ਚੜ੍ਹਾਉਂਦੇ ਹੈ ਅਤੇ ਉਤਾਰਦੇ ਹੈ, ਇਹ ਇਹਦੇ ਨਾਲ ਗਰਮੀ ਵੱਧਦੀ ਅੰਦਰ, ਅਤੇ ਇਹ ਗਰਮੈਸ਼ ਜਿਹੜੀ ਹੈ ਸੁਖਮਨਾ ਨਾੜੀ ਵਿੱਚ ਛੱਡਦੇ ਹੈ, ਉਹ ਲਹੂ ਮਿਝ ਨਾਲ ਭਰੀ ਹੈ। ਅਤੇ ਜਦੋਂ ਜਿਵੇਂ ਆਪਾਂ ਘਿਓ ਜੰਮਿਆ ਹੋਇਆ ਅੱਗ ਲਾ ਕੇ ਕਰਦੇ ਹਾਂ ਅਤੇ ਪਿਘਲ ਜਾਂਦਾ ਹੈ ਨਾ, ਇਵੇਂ ਗਰਮ ਸੁਰ ਨਾਲ ਜਦੋਂ ਸਵਾਸ ਚਲਾਉਂਦੇ ਰਹਿੰਦੇ ਹੈ ਅਤੇ ਫਿਰ ਉਹ ਸੁਖਮਨਾ ਨਾੜੀ ਵਿੱਚੋਂ ਲਹੂ ਮਿਝ ਘੜ ਕੇ ਖਾਲੀ ਹੋ ਜਾਂਦਾ ਹੈ ਅਤੇ ਉੱਥੇ ਪ੍ਰਾਣ ਚੜ੍ਹਾਉਣ ਲੱਗ ਜਾਂਦੇ ਹੈ। ਸੌਖਾ ਨਹੀਂ ਹੈ, ਇਵੇਂ ਕਰਨਾ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਮੁਤਾਬਕ ਸ਼ਬਦ 'ਚ ਹੀ ਜੁੜਨਾ ਸੌਖਾ ਹੈ ਅਤੇ ਕਿਤੇ ਉਹ ਨਾ ਕਰਨ ਲੱਗ ਜਾਇਓ। ਜਦੋਂ ਸੂਰਜ ਦੀ ਸੁਰ ਨਾਲ ਜਿਹੜੇ ਸਵਾਸ ਚੜ੍ਹਾਉਣੇ ਅਤੇ ਉਤਾਰਨੇ, ਗਰਮੀ ਇੰਨੀ ਵੱਧ ਜਾਂਦੀ ਹੈ ਯੋਗੀਆਂ ਨੂੰ ਕਈ ਵਾਰੀ ਲਹੂ ਆਦਿਕ ਹੀ ਆਉਣ ਲੱਗ ਜਾਂਦਾ, ਮਰ ਜਾਂਦੇ ਆ, ਚੜ੍ਹਾਈ ਕਰ ਜਾਂਦੇ, ਸੌਖਾ ਨਹੀਂ ਹੈ। ਫਿਰ ਉਸ ਚੰਦਰਮਾ ਦੀ ਸੁਰ ਛੱਡ ਕੇ ਅਤੇ ਆਪਣੇ ਸਰੀਰ ਦੀ ਗਰਮੀ ਨੂੰ ਜਿਹੜਾ ਉਹ ਸੰਤੁਲਨ ਵਿੱਚ ਲੈ ਆਉਂਦੇ ਆ, ਅਤੇ ਇਸ ਤਰ੍ਹਾਂ ਉਹਨਾਂ ਸਿਆਣੇ ਯੋਗੀਆਂ ਨੂੰ ਪਤਾ ਹੁੰਦਾ। ਕਬੀਰ ਸਾਹਿਬ ਜੀ ਕਹਿੰਦੇ ਨੇ ਵੀ ਗੰਗ ਜਮਨ ਅਤੇ ਅੰਤਰੇ, ਇਹ ਜਿਹੜੀ ਗੰਗਾ ਕਿੜਾ ਸੁਰ ਹੈ ਅਤੇ ਜਿਹੜੀ ਜਮਨਾ ਹੈ ਪਿੰਗਲਾ ਸੁਰ ਹੈ, ਤੋ ਇੜਾ ਅਤੇ ਪਿੰਗਲਾ ਦੇ ਕਰਕੇ ਜਿਹੜੀ ਅੰਤਰੇ ਜਿਹੜੀ ਸੁਖਮਨਾ ਨਾੜੀ ਹੈ
सहज सुन के घाट केंद्र इथे सहज शांति वाला ते सुन फर अवस्था वाला घाट केड़ा है त्रिकुटी जिदे राही फिर ए दसम द्वार दे अंदर जाके प्रवेश कर जांदे दसम द्वार जिहड़ा ओना फिर त्रिकुटी ते अगे दसवां द्वार खुलदा है जिवें कबीर साहब कहा तेह सिर उपर खिड़की और खिड़की उपर दसवां द्वार वो मास का लोथड़ा जिहड़ा फिर त्रिकुटी तो अगे जदों उत्थे पहुँचदा है वो ही जोगियां नूं खोलना बड़ा औखा हुंदा वो खिड़की जिहनूं कबीर साहब ने कहा ते सतसंगत जी उस खिड़की दे खुलने करके फिर प्राण जिहड़े वो दसम द्वार दे विच चले जांदे है तो इस प्रकार कबीर साहब जी कहिंदे हन कबीर जी कहते मैं भी उस दसम द्वार के अंदर मट किया भाव स्थिति कर ली है टिकाणा कर लिया है मुनी जन जिहड़े आ इस राह नूं लभदे आ कि सानू भी दसम द्वार की अवस्था प्राप्त हो गए कबीर साहब जी कहते भाई इं प्राणायाम करके प्राप्त करते हैं पहला श्लोक फिर पढ़ो दे अंतरी वर्त हन कबीर गंग जमन के अंतरे ऊच भवन कन कामन ऊच भवन कन कामनी इस श्लोक दे भी अंतरी वर्त सन सतसंगत जी ऊच भवन कन कामनी उच्चा भवन केड़ा है दसवां द्वार जिहड़ा वो साडा सिर दे विच मन्निया जांदा है ना ऊच भवन कन कामनी उच्चा भवन जिहड़ा दसवां द्वार कबीर से सोने की तरह लहू मिज जिहड़ी है ना जदों योगी की बिरती दसम द्वार विच चढ़दी है तो लहू मिज उस समय उत्थे सोने की तरह चमकदा होया प्रतीत हुंदा है सूक्ष्म शरीर उत्थे जा वड़दा दसम द्वार के अंदर तो कबीर साहब जी कहिंदे भाई बहुत ज़्यादा जिहड़ा ਇਉਂ ਪ੍ਰਭਾਵ ਦਸਵੇਂ ਦੁਆਰ ਦਾ ਦਿਖਾਈ ਦਿੰਦਾ ਹੈ ਸਿਖਰ ਧਜਾ ਫਹਿਰਾਏ ਤੇ ਬਹੁਤ ਜਾਗੀਆਂ ਆਪਣੀ ਫਿਰ ਜਿਹੜੀਆਂ ਸਿਖਰ ਧਜਾ ਫਹਿਰਾਏ ਚੋਟੀਆਂ ਦੇ ਉੱਤੇ ਨਿਸ਼ਾਨ ਕੀ ਆਪਣਾ ਬੜਾ ਭਾਰੀ ਜਸ ਫੈਲਾ ਦੇਵੇ ਕਿ ਬੜੇ ਬਾਬਾ ਜੀ ਮਹਾਨ ਨੇ ਦਸਮ ਦੁਆਰ ਵਿੱਚ ਸੁਰਤ ਚੜ੍ਹਦੀ ਹੈ ਦੁਨੀਆਂ ਸਾਰੀ ਝੁਕ ਜਾਵੇ ਬੜਾ ਬੜਾ ਜਿਹੜਾ ਪ੍ਰਤਾਪ ਸਾਰੇ ਦੁਨੀਆਂ ਮੰਨਣ ਲੱਗ ਜਾਵੇ ਭਲੀ ਮਧੂਕਰੀ ਕਹਿੰਦੇ ਜੇ ਮਨ ਨੂੰ ਸ਼ਾਂਤੀ ਨਹੀਂ ਆਈ ਤੇ ਤਾਂ ਤੇ ਭਲੀ ਮਧੂਕਰੀ ਉਸ ਦਸਮ ਦੁਆਰ ਦੇ ਨਾਲੋਂ ਤਾਂ ਚੰਗੀ ਮੰਗ ਕੇ ਭਿੱਖਿਆ ਖਾ ਲੈਣੀ ਚੰਗੀ ਹੈ ਜਿਵੇਂ ਸਤਸੰਗਤ ਜੀ ਇੱਕ ਬਹੁਤ ਜ਼ਿਆਦਾ ਬ੍ਰਹਮਚਾਰੀ ਜਿਹੜੀ ਬੜੀ ਜ਼ਿਆਦਾ ਪ੍ਰਸਿੱਧੀ ਸੀਗੀ ਉਹਦਾ ਨਾਂ ਸੀ ਬ੍ਰਹਮਦਾਸ ਅਤੇ ਜਦੋਂ ਕਹਿੰਦੇ ਤੁਰਿਆ ਕਰਦਾ ਸੀ ਲੋਕ ਅੱਗੇ ਚਾਦਰਾਂ ਮਛਾਦਿਆ ਕਰਦੇ ਸੀ ਇੰਨਾ ਇਹਦਾ ਮਾਣ ਅਤੇ ਸਤਿਕਾਰ ਦੁਨੀਆ ਕਰਦੀ ਬੜਾ ਚਾਰਾ ਬ੍ਰਹਮਚਾਰੀ ਸੀਗਾ ਇਹ ਜਿੱਥੇ ਬ੍ਰਹਮ ਬੂਟਾ ਮਾਰਕੀਟ ਹੈ ਨਾ ਇਹਦੇ ਨਾਂ 'ਤੇ ਹੈ ਬ੍ਰਹਮ ਬੂਟਾ ਮਾਰਕੀਟ ਅਤੇ ਇਹ ਜਦੋਂ ਅੰਮ੍ਰਿਤਸਰ ਸਾਹਿਬ ਆਇਆ ਲੋਕ ਬੜਾ ਇਹਦਾ ਜਸ ਕਰਨ ਬੜੀ ਜ਼ਿਆਦਾ ਇਹਦੀ ਪ੍ਰਸਿੱਧੀ ਸੀ ਇਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਵੀ ਜਸ ਸੁਣਿਆ ਅਤੇ ਆਪਣੇ ਚੇਲਿਆਂ ਨੂੰ ਇਸਨੇ ਮਨ੍ਹਾ ਕਰ ਛੱਡਿਆ ਵੀ ਉੱਥੇ ਨਹੀਂ ਕਿਸੇ ਵੀ ਜਾਣਾ ਅਤੇ ਇਹਦੇ ਚੇਲਿਆਂ ਦਾ ਜਾਣ ਨੂੰ ਚਿੱਤ ਕਰੇ ਪਰ ਇਹਨੂੰ ਮਨ੍ਹਾ ਕਰ ਦਿੱਤਾ ਵੀ ਕੋਈ ਉੱਥੇ ਨਾ ਜਾਵੇ ਅਤੇ ਇੱਕ ਦਿਨ ਇਹਦੀ ਆਗਿਆ ਤੋਂ ਬਿਨਾਂ ਹੀ ਇਹਦੇ ਚੇਲੇ ਜਿਹੜੇ ਸੀ ਉਹ ਮਹਾਰਾਜ ਸਾਹਿਬ ਆਦਿ ਕਾਲ ਤੋਂ ਹੀ ਮੰਜੀ ਸਾਹਿਬ ਜਿੱਥੇ ਅੱਜ ਦੀਵਾਨ ਹਾਲ ਹੈ ਸਜਿਆ ਮਹਾਰਾਜ ਜੀ ਇੱਥੇ ਦੀਵਾਨ ਸਜਾਇਆ ਕਰਦੇ ਸੀ ਸੱਚੇ ਪਾਤਸ਼ਾਹ ਹਜ਼ੂਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਤਖ਼ਤ 'ਤੇ ਸੁਭਾਇਮਾਨ ਨੇ ਇਹਦੇ ਕੁਝ ਚੇਲੇ ਆਏ ਗੁਰੂ ਦੇਵ ਕੀਰਤਨ ਦੀ ਸਮਾਪਤੀ ਤੋਂ ਉਪਰੰਤ ਸੁਖ ਸਿੱਖਿਆ ਆਪਣੇ ਸ਼੍ਰੀ ਕੰਠ ਤੋਂ ਦੇ ਰਹੇ ਹੈ ਅਤੇ ਮਹਾਰਾਜ ਦੇ ਮੁੱਖ ਤੋਂ ਉਪਦੇਸ਼ ਸੁਣ ਕਰਕੇ ਮਨ ਨੂੰ ਬੜੀ ਸ਼ਾਂਤੀ ਆਈ ਸਿੱਖਾਂ ਦੇ ਦੇਵਤਿਆਂ ਵਰਗੇ ਚਿਹਰੇ ਵੇਖ ਕਰਕੇ ਬੜੇ ਪ੍ਰਭਾਵਿਤ ਹੋਏ ਅਤੇ ਬੜੇ ਸਿੱਖ ਸੋਹਣੇ ਲੱਗਦੇ ਆ ਮਹਾਰਾਜ ਜੀ ਦੇ ਕਿਵੇਂ ਇਹਨਾਂ ਦੇ ਚਿੱਤ ਸ਼ਾਂਤ ਨੇ ਕਿਵੇਂ ਇਹਨਾਂ ਦੇ ਨੇਤਰਾਂ ਵਿੱਚ ਖੁਮਾਰੀ ਹੈ ਬੜਾ ਜ਼ਿਆਦਾ ਉਹਨਾਂ ਦੇ ਉੱਤੇ ਪ੍ਰਭਾਵ ਪਿਆ ਅਤੇ ਗਰੀਬ ਨਿਵਾਜ ਸਤਿਗੁਰਾਂ ਵੀ ਵੇਖਿਆ ਵੀ ਕੋਈ ਸਾਧੂ ਨੇ ਅਤੇ ਮਹਾਰਾਜ ਜੀ ਨੇ ਬੜਾ ਸਤਿਕਾਰ ਦਿੱਤਾ ਪੁੱਛਿਆ ਕਹਿੰਦੇ ਮਹਾਰਾਜ ਅਸੀਂ ਬ੍ਰਹਮਦਾਸ ਦੇ ਚੇਲੇ ਹਾਂ ਸਤਿਗੁਰੂ ਜੀ ਕਹਿੰਦੇ ਬਈ ਅਸੀਂ ਬ੍ਰਹਮਦਾਸ ਜੀ ਨੂੰ ਪ੍ਰਸ਼ਾਦਾ ਵਰਜਣਾ ਚਾਹੁੰਦੇ ਹਾਂ ਜੇ ਸਾਡੀ ਬੇਨਤੀ ਪ੍ਰਵਾਨ ਕਰਨ ਤਾਂ ਸਾਡੇ ਕੋਲ ਆ ਕੇ ਪ੍ਰਸ਼ਾਦ ਪਾਉਣ ਅਤੇ ਕਹਿੰਦੇ ਮਹਾਰਾਜ ਪੁੱਛ ਵੇਖਾਂਗੇ ਹਜ਼ੂਰ ਕਹਿੰਦੇ ਅਸੀਂ ਆਪਣੇ ਸਿੱਖ ਘੱਲਦੇ ਹਾਂ ਨਾਲ ਨੇਂਦਾ ਦੇਣ ਵਾਸਤੇ
हजूर ने बाबा बुढ़ा साहब जी को कलिया कि जाओ ब्रह्मदास जी को न्यौंदा दे के आओ ते उन्हां दे शिष्यां दे नाल ही बाबा बुढ़ा साहब आए ते ब्रह्मदास जी को आके बाबा बुढ़ा साहब बेनती की कि महाराज ने आप जी को लंगर वास्ते सद्या है ते आओ गुरु घर तुसीं लंगर पाओ बड़ा फुलिया हो कि भई मेरी चंगी प्रवत है ते मैनू वेख के गुरु साहब ने न्यौंदा दिता है ते कहिंदा भी आवांगे अपने चेलियां समेत फिर ब्रह्मदास लंगर छकण वास्ते आया लंगर सिखा ने बड़ी भावना नाल वरताया हजूर गुरु अर्जन साहब आप लंगर वरता रहे सच्चे पातशाह जी जदों लंगर छकिया ब्रह्मदास ने अपने चेलियां समेत ते उत्थे ही हाथ सुचे कराए सच्चे पातशाह महाराज हजूर ने आप जूठे बर्तन चके सतगुरां जी ने जदों जूठे बर्तन चके ब्रह्मदास ने बाबा बुढ़ा साहब नूं कहा कि अब हमको गुरु अर्जन साहब से मिलाओ आपके गुरु जो गुरु अर्जन साहब हैं उनसे मिलाओ हमको ते बाबा बुढ़ा साहब जी ने कहा ब्रह्मदास जी जिन्हां ने तुहाडे जूठे बर्तन चके है यही गुरु अर्जन साहब जी महाराज हैं ब्रह्मदास उठ के सतगुरां दे चरणां ते पै गया महाराज इन्नी निम्रता है आप जी दे अंदर सच्चे पातशाह महाराज कहिंदे साडे घर दे अंदर नीवा बनना ही सब तो उत्तम है क्योंकि महाराज कहा भाई आपस को जो जाने नीचा सो गनिया सब ते ऊंचा जिहड़ा अपने आप नू सब तो नीवा गिण लैंदा गुरु नानक साहब दे घर दे अंदर उहनू सब तो उच्चा गिणिया जांदा ते जिहड़ा अपने जस दीआं धजा निशान फरमाउंदा रहिंदा है असीं बड़े संत आ बड़े महान आप तो मैं कई कहें पर नाल चेले दो चार रखे होंगे आ कहते बाबा जी की बड़ी समाधि लगती है दसम द्वार की बिरती जड़ी रही है तो तुहानू की लाभ है बाबा जी की जो दसम द्वार की बिरती जड़ी रही है तो नहीं ना उस गल का कोई लाभ इस करके अपने जस दियाँ धजा जिन्या मर्जी फरा लवे वे की लाभ है कबीर साहब जी कहें भाई मंग के रोटी खा लैनी चंगी है क्यों चंगी है दस देने क्योंकि संतां दी संगत मिल जाती है गुण गाउण नूं समां मिल जाता है वाहिगुरू की भगती विच चित जुड़ जाता है तो चंगा ही है ना फिर मंग के रोटी खा लैनी चंगी है की एवें बाहरों पखंड विखा करके पखंडी संत बनन दा की लाभ है ਹੁਣ ਅਗਲਾ ਸਲੋਕ ਪੜੋ ਜਿੱਥੋਂ ਅੱਗੇ ਛੱਡਿਆ ਸੀ ਕਬੀਰ ਜੈਸੀ ਉਪਜੀ ਪੇੜ ਤੇ ਸਤ ਸੰਗਤ ਜੀ ਕਬੀਰ ਸਾਹਿਬ ਜੀ ਜਿਹੜਾ ਸਾਡਾ ਇਹ ਸਰੀਰ ਹੈ ਨਾ ਇਹਦੇ ਹੀ ਸਾਬਤ ਸੂਰਤ ਰੱਖਣ ਦੀ ਸਿੱਖਿਆ ਦਿੰਦੇ ਆ ਕਿ ਕਿੱਡਾ ਵੱਡਾ ਫਲ ਹੈ ਜਿਹੜਾ ਆਪਾਂ ਸਰੀਰ ਦੇ ਅੰਦਰ ਵੇਖੋ ਜਿਹੜਾ ਸਿੱਖੀ ਦਾ ਤੇ ਮੁੱਢਲਾ ਅਸੂਲ ਹੀ ਹੈ ਵੀ ਕੇਸਾ ਧਾਰੀ ਰਹਿਣਾ ਚਾਹੀਦਾ ਕੇਸਾਂ ਦੀ ਬੇਅਦਬੀ ਨਹੀਂ ਕਰਨੀ ਚਾਹੀਦੀ ਤੇ ਫਿਰ ਜਦੋਂ ਆਪਾਂ ਜਨਮ ਲੈ ਕਰਕੇ ਜਿਹੜੇ ਕੋਈ ਬੁਰੇ ਕਰਮ ਕਰਦੇ ਹਾਂ ਪਾਪ ਕਰਦੇ ਹਾਂ ਗਲਤੀਆਂ ਕਰਦੇ ਹਾਂ ਉਹਨਾਂ ਤੋਂ ਜੇ ਕਰਕੇ ਬਚ ਜਾਈਏ ਤਾਂ ਕਬੀਰ ਸਾਹਿਬ ਕਹਿੰਦੇ ਜੈਸੀ ਉਪਜੀ ਪੇੜ ਤੇ ਪੇੜ ਪਹਿਲੋਂ ਲੈਣਾ ਪੇੜ ਤੋਂ ਭਾਵ ਦਰਖਤ ਰੁੱਖ ਟਰੀ ਜਿਹਨੂੰ ਤੁਸੀਂ ਕਹਿੰਦੇ ਆ ਅਤੇ ਉਹਦੇ ਤੋਂ ਜਿਹੜੀ ਲਗਰ ਪੈਦਾ ਹੁੰਦੀ ਹੈ ਕਬੀਰ ਸਾਹਿਬ ਜੀ ਕਹਿੰਦੇ ਭਾਈ ਜੇ ਉਹੋ ਜਿਹੀ ਰਹਿ ਜਾਵੇ ਨਾ ਉਹਦੇ ਵਿੱਚ ਕੋਈ ਉਹਨੂੰ ਕੱਟ ਵੱਢ ਨਾ ਕਰੇ ਤਾਂ ਜੇ ਓੜਕ ਤੱਕ ਭਾਵ ਅੰਤ ਤੱਕ ਉਹੋ ਜਿਹੀ ਰਹਿ ਜਾਵੇ ਤੇ ਬੜੇ ਉਹਨੂੰ ਫਲ ਪੈਂਦੇ ਆ ਬੜੇ ਪੱਤੇ ਲੱਗ ਜਾਂਦੇ ਆ ਹੀਰਾ ਕਿਸ ਕਾ ਬਾਪਰਾ ਕਹਿੰਦੇ ਹੀਰਾ ਕੀ ਹੈ ਵਿਚਾਰਾ ਕਰੋੜਾ ਰਤਨ ਵੀ ਕਹਿੰਦੇ ਉਹਦੇ ਬਰਾਬਰ ਨਹੀਂ ਪੁੱਜ ਸਕਦੇ ਇਸ ਪ੍ਰਕਾਰ ਹੁਣ ਅੰਤਰੀ ਉਸ ਸਰੀਰ ਤੋਂ ਸਿੱਖਿਆ ਦਿੰਦੇ ਆ ਪੜੋ ਫਿਰ ਜੈਸੀ ਉਪਜੀ ਪੇੜ ਤੇ ਇਹੀ ਸ਼ਲੋਕ ਕਰਕੇ ਆਪਾਂ ਸਮਾਪਤੀ ਕਰਾਂਗੇ ਅੱਜ ਬਾਹਰ ਵੀ ਕਿਤੇ ਜਾਣਾ ਹੈ ਉੱਥੇ ਸ਼ਾਇਦ ਕਥਾ ਕਰਨੀ ਹੈ ਥੋੜ੍ਹਾ ਚਿਰ ਅਤੇ ਕੱਲ੍ਹ ਤੋਂ ਆਪਾਂ ਪੰਜ ਦਸ ਮਿੰਟ ਵੱਧ ਲਾ ਦਿਆ ਕਰਾਂਗੇ ਕਿਉਂਕਿ ਤੁਹਾਡੀ ਇੱਛਾ ਸ਼ਕਤੀ ਕਥਾ ਕਰਾਉਂਦੀ ਹੈ ਜਦੋਂ ਤੁਸੀਂ ਐਨ ਇਕਾਗਰ ਚਿੱਤ ਹੋ ਕੇ ਚਾਹੁੰਦੇ ਹਾਂ ਹੁਣ ਤਾਂ ਐਂ ਲੱਗਦਾ ਵੀ ਅੱਧਾ ਘੰਟਾ ਵੀ ਹੋਰ ਲਾਈਏ ਤਾਂ ਕੋਈ ਜ਼ਿਆਦਾ ਨਹੀਂ ਹੈ ਪਰ ਅੱਜ ਸਮਾਪਤੀ ਕਰਾਂਗੇ ਬਾਹਰ ਜਾਣਾ ਹੈ ਅਤੇ ਇਸ ਸਲੋਕ ਦੇ ਅੰਤਰੀ ਵਰਤ ਕਰਕੇ ਤੋ ਕਬੀਰ ਸਾਹਿਬ ਕਹਿੰਦੇ ਕਬੀਰ ਜੈਸੀ ਉਪਜੀ ਪੇੜ ਤੇ ਪੇੜ ਕੀ ਭਾਵ ਮਾਤਾ ਦੇ ਕੁਦਰਤ ਤੋਂ ਕਹਿੰਦੇ ਜਿਹੋ ਜੀ ਇਹ ਦੇਹੀ ਪੈਦਾ ਹੋਈ ਹੈ ਜੋ ਤੈਸੀ ਨਿਭੈ ਓੜ ਅੰਤ ਤੱਕ ਜੇ ਓੜਕ ਤੱਕ ਉਸੇ ਤਰ੍ਹਾਂ ਦੀ ਨਿਭ ਜਾਵੇ ਸਾਬਤ ਸੂਰਤ ਰਵੇ
कोई कुकर्म ना करे, पाप ना करे, केसां दी बेअदबी ना करे, जे उस तरह दी ही ओढ़क तक अंत तक निभ जावे। हीरा किसका बापरा, कबीर साहब जी कहंदे भाई ए शरीर रूपी हीरा किसका बापरा बेचारा की है। मुझे न रतन करोड़, करोड़ा देव देहियां भी उसके बराबर नहीं पहुंचदियां, इंद्र वर्गा देवता भी उस सिख के बराबर नहीं पहुंच सकता, ब्रह्मा भी उस प्राणी के बराबर नहीं पहुंच सकता जिसने जिहो जिहा जन्म माता दे उदर तो लिया है, ते ओहो जिहा ही उसका साथ संगत जी जे ओढ़क तक सिदक निभ गया है ते फिर उसके बराबरता जिहड़ी है कोई देवी देवता भी नहीं कर सकता। ऐसा वह अमोलक जन्म हुंदा है जदों अपने जीवन के अंदर पापा तो बच जाइए ना, पापा तो बच के भाव भगती विच जुड़े रहिए, चाहे कुछ ज्ञान नहीं भी हुंदा तां वी वाहिगुरु दे उपर भरोसा रखिए, सिदक रखिए, सदाचारी जीवन जीवीए, गुरु नानक साहब की सिक्खी विच प्यार करिए, ककारां दी रहत विच परपक रहिए, अपना जीवन धर्म वास्ते पर उपकार वास्ते लाइए, सत संगत जी सुते सिद्ध ही शक्ति आ जाती है ते उन्हां गुरसिखां विच जदों शक्ति आउंदी है उह फिर संसार नूं नहीं दिखाउंदे, गुप्त कर लैंदे अपने अंदर। महाराज मेरी करतूत कोई नहीं सी, आपने एडा वड्डा माण देता सच्चे पातशाह, मेहर करियो मैं इस शक्ति नूं अपने अंदर समा सकां। जिहड़ा छोटा भांडा हुंदा उहनूं उछल जांदा है, जदों महाराज साडा भांडा बणाउंदे आ पहिलों संगत करदिआं करदिआं साडा भांडा जिहड़ा बणदा रहिंदा है, जदों बण जांदा भांडा हजूर कोल तां कोई कमी नहीं, सच्चे पातशाह तां सब कुछ ही दे दिंदे आ, पर हुण साडा भांडा अजे चल नहीं सकदा ना, ਤਾਂ ਸਾਨੂੰ ਜੋ ਅਸੀਂ ਚਾਹੁੰਦੇ ਮਿਲਦਾ ਨਹੀਂ ਹੈ, ਕਿਤੇ ਉੱਛਲ ਜਾਵਾਂਗੇ ਫਿਰ ਪਰਮਾਰਥ ਦੇ ਰਾਹ ਤੋਂ ਹੀ ਭਟਕ ਜਾਵਾਂਗੇ। ਸਾਡੇ ਵਾਸਤੇ ਜ਼ਰੂਰੀ ਹੈ ਪਰਮਾਰਥ ਸਫਲ ਕਰਨਾ, ਪਰਮਾਰਥ ਸਿੱਧ ਕਰਨਾ, ਜਿਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਿੱਖਿਆ ਦਿੰਦੇ ਹੈ। ਤੋ ਕਬੀਰ ਸਾਹਿਬ ਦੀ ਇਹ ਸ਼ੁਭ ਸਿੱਖਿਆ ਕੱਲ੍ਹ ਨੂੰ ਅੱਗੇ ਜਿਵੇਂ ਕਥਾ ਆਵੇਗੀ ਸਰਵਣ ਕਰਾਂਗੇ, ਇੱਥੇ ਅੱਜ ਸਮਾਪਤੀ ਹੈ। ਬੁਣੀਆਂ ਭੁੱਲਾਂ ਬਖਸ਼ ਲੈਣੀਆਂ ਜੀ। ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਬਹਿ ਓੜ, ਹੀਰਾ ਕਿਸਕਾ ਬਾਪਰਾ, ਪੁੱਜੈ ਨਾ ਰਤਨ ਕਰੋੜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਵਿਨਾਸ਼ੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਦਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਪ੍ਰੀ ਹੋਵਨ ਹਾਰ, ਹੇ ਸੰਤ ਕੈ ਸਦਾ ਸੰਗ, ਹੇ ਠਾਕੁਰ ਹਉ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਹੋਏ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਐ ਭਰੋਏ, ਆਏ ਪ੍ਰਭ ਸਰਣਾਗਤੀ, ਕਿਰਪਾ ਨਿਧਿ ਦਇਆਲ, ਹੇ